सब तो कुछ शुरू करने तो मैं तू 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 तो असी असी हो गए संभाल के रखियो इस असी असी, असी, असी क्योंकि असी मसी मसी असी असी हो गए दर्शकों असी असी हो गए आप गल करते हैं किसान अंदोलन से फिर ਅੱਜ ਇੱਕ ਬਹੁਤ ਵੱਡੀ ਜਿਹੜੀ ਮਹਾਪੰਚਾਇਤ ਪੰਜਾਬ ਦੇ ਵਿੱਚ ਹੋਈ ਜਗਰਾਉਂ ਤੇ ਜਗਰਾਉਂ ਸਿਟੀ ਦੇ ਕੋਲੇ ਪਰ ਦੇਖਣ ਨੂੰ ਆਪਸ ਵਿੱਚ ਜਿਹੜਾ ਭਾਈਚਾਰਾ ਆ ਉਹ ਬਹੁਤ ਵੱਡਾ ਸੀ ਬਹੁਤ ਵੱਡਾ ਇਕੱਠ ਸੀ ਔਰ ਉਸ ਤੋਂ ਵੱਡੀ ਗੱਲ ਕੀ ਸਭ ਕੁਝ ਸ਼ਾਂਤੀ ਨਾਲ ਹੋ ਨਿਬੜਿਆ ਜਿਹੜਾ ਭਾਈਚਾਰਾ ਪੰਜਾਬ ਦਾ ਜਾਂ ਹਰਿਆਣਾ ਦਾ ਜਾਂ ਯੂਪੀ ਦਾ ਔਰ ਮਹਾਪੰਚਾਇਤ ਨਾਮ ਦਾ ਜਿਹੜਾ ਸੰਮੇਲਨ ਆ ਪੰਜਾਬ 'ਚ ਸ਼ਾਇਦ ਪਹਿਲੀ ਵਾਰ ਹੋਇਆ ਜਿਹੜੇ ਬਜ਼ੁਰਗ ਹੈ ਉਹ ਸ਼ਾਇਦ ਜਾਣਦੇ ਹੋਣੇ ਆ ਮੈਂ ਇਸ ਦੀ ਭੂਮਿਕਾ ਪਾਉਂਦਾ 2 ਪੁਆਇੰਟ ਰੱਖ ਕੇ ਤੁਹਾਡੇ ਤੋਂ ਇੱਕ ਕੁਐਸਚਨ ਕਰੂੰਗਾ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਦਰਸ਼ਕੋ ਅੱਜ ਇੱਕ ਤਾਂ ਮਹਾਪੰਚਾਇਤਾਂ ਦਾ ਦੌਰ ਚੱਲਿਆ ਆਪਾਂ ਗੱਲ ਪੰਜਾਬ ਦੀ ਤਾਂ ਕਰਦੇ ਆ ਕਿਉਂਕਿ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆ ਔਰ ਬਹੁਤ ਸਾਰੇ ਸਾਡੇ ਦਰਸ਼ਕ ਉਹਨਾਂ ਨੂੰ ਜਿਗਿਆਸਾ ਹੋਊਗੀ ਕਿ ਅੱਜ ਕਿੱਦਾਂ ਰਿਹਾ ਹੋਊਗਾ ਔਰ ਤੁਸੀਂ ਸੁਣ ਵੀ ਰਿਹਾ ਹੋਣਾ ਨਿਊਜ਼ ਟੀਵੀ ਚੈਨਲ ਦੇ ਉੱਤੇ ਕਿ ਸਭ ਕੁਝ ਸ਼ਾਂਤੀਪੂਰ ਰਿਹਾ ਬਹੁਤ ਹੀ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਸਪੀਚ ਦਿੱਤੀ ਬਹੁਤ ਵੱਡਾ ਇਕੱਠ ਹੋਇਆ ਆ ਸਭ ਕੁਝ ਸਫਰ ਰਿਹਾ ਪਰ ਦਰਸ਼ਕੋ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦ ਦੂਜੀ ਜਿਹੜੀ ਗੱਲ ਹੋਈ ਉਹ ਇਹ ਹੋਈ ਕਿ ਕਾਂਗਰਸ ਜਿਹੜੇ ਦੇ ਰਾਸ਼ਟਰੀ ਅਧਿક્ષ ਜਿਹੜੇ ਪਹਿਲਾਂ ਵਾਲੇ ਸੀ ਰਾਹੁਲ ਗਾਂਧੀ ਨੇ ਅੱਜ ਸਦਨ ਦੇ ਵਿੱਚ 22 ਮਿੰਟਾਂ ਦੀ ਸਪੀਚ ਦਿੱਤੀ ਪਹਿਲੀ ਮੈਂ ਮਹਾਪੰਚਾਇਤ ਦੀ ਗੱਲ ਕਰ ਲਈ ਹੁਣ ਮੈਂ ਗੱਲ ਕਰਦਾ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਨੇ ਕਰੀਬ-ਕਰੀਬ 22 ਮਿੰਟਾਂ ਦੀ ਸਪੀਚ ਦਿੱਤੀ ਦਰਸ਼ਕੋ ਉਹਨੇ ਬਹੁਤ ਹੀ ਵਧੀਆ ਪੁਆਇੰਟ ਚੱਕੇ ਔਰ ਬੜੇ ਆ ਸਿੰਪਲ ਤਰੀਕੇ ਨਾਲ ਚੱਕੇ ਕਿ ਕਿਸਾਨ ਨੂੰ ਗਵਰਨਮੈਂਟ ਨੇ ਤਿੰਨ ਲਾਅ ਦਿੱਤੇ ਲਾਅ ਤਿੰਨ ਲਾਅ ਨਹੀਂ ਬਲਕਿ ਤਿੰਨ ਮਰਨ ਦੇ ਸਾਧਨ ਦਿੱਤੇ ਜਿਸ ਵਿੱਚ ਉਹਨਾਂ ਗਿਆ ਕਿ ਪਹਿਲਾ ਬੇਰੋਜ਼ਗਾਰੀ ਦੂਜਾ ਬੇਹਾਲੀ ਤੇ ਤੀਸਰਾ ਸੁਸਾਇਡ ਯਾਨੀ ਕਿ ਆਤਮ ਹੱਤਿਆ ਗਰੀਬੀ ਸੁਸਾਇਡ ਬੇਰੋਜ਼ਗਾਰੀ ਤਿੰਨ ਚੀਜ਼ਾਂ ਉਹਨਾਂ ਨੇ ਗਣਾਈਆਂ ਕਿ ਤਿੰਨ ਲਾਅ ਦੇ ਵਿੱਚ ਆ ਕਿਸਾਨਾਂ ਨੂੰ ਮਿਲੂਗਾ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨ ਸਾਡੇ ਮਜ਼ਦੂਰ ਰੀੜ ਦੀ ਹੱਡੀ ਨੇ ਪੂਰੇ ਦੇਸ਼ ਦੀ ਪਰ ਇਹ ਸਰਕਾਰ ਰੀਡ ਦੀ ਹੱਡੀ ਨੂੰ ਤੋੜ ਕੇ ਦੋ ਆਪਦੇ ਫਰੈਂਡਸ ਨੂੰ ਹੱਥਾਂ 'ਚ ਫੜਾਉਣਾ ਚਾਹੁੰਦੀ ਆ ਬੜੀ ਸੋਹਣੀ ਤਕਰੀਰ ਕੀਤੀ 22 ਮਿੰਟਾਂ 'ਚ 22 ਮਿੰਟਾਂ ਦੀ ਕਿਸਾਨਾਂ ਬਾਰੇ ਰਾਹੁਲ ਗਾਂਧੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਪੁਆਇੰਟ ਸਰਕਾਰ ਸਾਹਮਣੇ ਚੱਕਿਆ ਕਿ ਤੁਸੀਂ ਹਰ ਬੰਦੇ ਦਾ ਸ਼ਰਧਾਂਜਲੀ ਵੀ ਦਿਨੇ ਹੋ ਮਨੋਕਾਮਨਾ ਜਿਹੜੀ ਜਨਮ ਦਿਨ ਦੀ ਹੈ ਉਹਦੇ ਵਿੱਚ ਤੁਸੀਂ ਆਪੀਆਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿਨੇ ਹੋ ਪਰ 200 ਤੋਂ ਉੱਪਰ ਜਿਹੜੇ ਕਿਸਾਨ ਸ਼ਹੀਦੀਆਂ ਪਾ ਗਏ ਨੇ ਉਹਨਾਂ ਦੀ ਕਦੇ ਸ਼ਰਧਾਂਜਲੀ ਭੇਟ ਸਦਨ ਚ ਕਿਉਂ ਨਹੀਂ ਕੀਤੀ ਕਿਉਂਕਿ ਉਹ ਸਿਟੀਜ਼ਨ ਨਹੀਂ ਸੀਗੇ ਯਸ ਉਹ ਸਿਟੀਜ਼ਨ ਸੀਗੇ ਇਸ ਕੰਟਰੀ ਦੇ اور ਰੀਡ ਦੀ ਹੱਡੀ ਦੇ ਬਹੁਤ ਵੱਡੇ ਥੰਮ ਹੁੰਦੇ ਨੇ ਖਾਸ ਕਰਕੇ ਜੇ ਐਡਾ ਵੱਡਾ ਅੰਦੋਲਨ ਚੱਲਦਾ ਹੋਵੇ ਤੇ ਉਹਦੇ ਵਿੱਚ ਜੇ ਸ਼ਹੀਦੀ ਪਾਈ ਜਾਵੇ ਜਿਹੜਾ ਵਰਲਡ ਲੈਵਲ ਤੇ ਹੋਵੇ ਦਰਸ਼ਕੋ ਮੈਂ ਇੱਕ ਤੁਹਾਨੂੰ ਗੱਲ ਦੱਸ ਦਵਾਂ ਕਿ ਮੈਂ ਦੋ ਗੱਲਾਂ ਕਿਉਂ ਕਹੀਆਂ ਤੁਹਾਡੇ ਨਾਲ ਮੈਂ ਕਿਹਾ ਕਿ ਇੱਕ ਪਾਸੇ ਹੁਣ ਰਾਹੁਲ ਗਾਂਧੀ ਨੇ ਇਹ ਵੀ ਅਨਾਉਂਸ ਕੀਤਾ ਕਿ ਉਹ ਆਨ ਨਾਲ ਦੇ ਦਿਨਾਂ ਚ ਰਾਜਸਥਾਨ ਦੇ ਵਿੱਚ ਕਿਸਾਨ ਮਹਾਪ ਪੰਚਾਇਤਾਂ ਚ ਹਿੱਸਾ ਲੈਣਗੇ ਜਿਹਦੇ ਵਿੱਚ ਸ਼੍ਰੀ ਗੰਗਾ ਨਗਰ ਹਰਮਾਨਗੜ ਤੇ ਨਾਗੌਰ ਡਿਸਟ੍ਰਿਕਟ ਦੇ ਵਿੱਚ ਆਪਦੀਆਂ ਵੱਡੀਆਂ ਮਹਾਪੰਚਾਇਤਾਂ ਵੀ ਕਰਨਗੇ। ਉਹਨਾਂ ਦੀ ਜਿਹੜੀ ਸਿਸਟਰ ਪ੍ਰਿਆੰਕਾ ਗਾਂਧੀ ਯੂਪੀ ਦੇ ਵਿੱਚ ਪੂਰੀ ਐਕਟਿਵ ਹੈ ਮਹਾਪੰਚਾਇਤਾਂ ਚ ਵੀ ਸਾਰਿਆ ਔਰ ਜਿਹੜਾ ਮਹਾਕੁੰਮ ਦਾ ਪਵਿੱਤਰ ਮੇਲਾ ਚੱਲ ਰਿਹਾ ਉਹਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ। ਦਸ਼ਕੋ ਗੱਲ ਕਹਿਣ ਸੋਚਣ ਦੀ ਮੇਰੀ ਇਹ ਆ ਕਿ ਕਿਸਾਨ ਆਪ ਦਾ ਜੋਰ ਲਾ ਰਹੇ ਨੇ, ਕਿਸਾਨ ਮਜ਼ਦੂਰ ਔਰ ਕਰੀਬ-ਕਰੀਬ ਹਰ ਤਰਕਾ ਇਸ ਅੰਦੋਲਨ ਦੇ ਵਿੱਚ ਜਨ ਅੰਦੋਲਨ ਬਣ ਚੁੱਕਾ ਉਹ ਆਪ ਦਾ ਜੋਰ ਲਾ ਰਿਹਾ। ਜਿਹੜੇ ਵਿਪક્ષੀ ਨੇਤਾ ਨੇ ਵਿਪક્ષੀ ਪਾਰਟੀਆਂ ਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਆਪ ਦੇ ਬੇਸ ਤੇ ਜੋਰ ਲਾ ਰੀਆਂ ਨੇ ਪਰ ਸਰਕਾਰ ਵੱਲੋਂ ਕੋਈ ਵੀ ਇੱਕ ਵੀ ਵਰਡ ਨਹੀਂ ਆਇਆ ਕਿ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨ ਨੂੰ ਤਿਆਰ ਹਾਂ ਵੈਸੇ ਤਾਂ ਆ ਪ੍ਰਧਾਨ ਮੰਤਰੀ ਸਾਹਿਬ ਕਹਿ ਦਿੰਦੇ ਆ ਹੋਰ ਮੰਤਰੀ ਵੀ ਕਹਿ ਦਿੰਦੇ ਆ ਕਿ ਇੱਕ ਟੈਲੀਫੋਨ ਟੈਲੀਫੋਨ ਕਾਲ ਆਵੇ ਅਸੀਂ ਸਾਨੂੰ ਫੋਨ ਕਰੋ ਤੇ ਅਸੀਂ ਆ ਹਾਜ਼ਰ ਹਾਂ ਪਰ ਆ ਪਿਛਲੇ 24 ਘੰਟਿਆਂ ਦੇ ਵਿੱਚ ਕੋਈ ਪ੍ਰਤੀਕਿਰਿਆ ਸਰਕਾਰ ਵੱਲੋਂ ਨਹੀਂ ਆਈ ਜੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਦੀ ਗੱਲ ਨਹੀਂ ਹੋਈ ਤਾਂ ਡੈਟਲੱਕ ਕਿਦਾਂ ਟੁੱਟੇਗਾ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਆ ਮੈਂ ਦੋ ਪੁਆਇੰਟ ਕਲੀਅਰ ਕਰਕੇ ਕਿ ਤੁਸੀਂ ਦੱਸੋ ਕਿ ਜਿਹੜੀ ਵਿਪਕਸ਼ੀ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਆਪ ਆਪ ਦਾ ਜ਼ੋਰ ਲਾ ਕੇ ਜੇ ਦੋਨੋਂ ਇਕੱਠੀਆਂ ਚੱਲ ਰਹੀਆਂ ਤਾਂ ਕੀ ਸਰਕਾਰ ਕਿਤੇ ਆ ਕੇ ਗੱਲਬਾਤ ਨੂੰ ਟਾਈਮ ਦੇਊਗੀ ਤਾਂ ਕਿਉਂਕਿ ਗੱਲਬਾਤ ਹੋਊਗੀ ਟੇਬਲ ਤੇ ਤਾਂ ਕੋਈ ਆਪਣਾ ਜਿਹੜਾ ਹੈ ਕੋਈ ਫੈਸਲੇ ਤੇ ਫੈਸਲਾਕੁਨ ਡੇ ਆਊਗਾ ਕੋਈ ਕਿਸੇ ਸਿੱਟੇ ਤੇ ਪਹੁੰਚ ਸਕਾਂਗੇ ਆਪਾਂ ਦਰਸ਼ਕੋ ਉਸ ਤੋਂ ਬਾਅਦ ਮੈਂ ਗੱਲ ਕਰਦਾ ਕਿ ਬਹੁਤ ਗੱਲਾਂ ਹੁੰਨੀਆਂ ਮੈਂ ਫੇਰ ਵਾਰ-ਵਾਰ ਹੱਥ ਜੋੜ ਕੇ ਖਾਸ ਕਰਕੇ ਯੂਥ ਨੂੰ ਅਪੀਲ ਕਰਦਾ ਹੁੰਨਾ ਕਿ ਹਰ ਚੀਜ਼ ਦਾ ਪਹਿਲੂ ਦੇਖੋ ਕਿਉਂਕਿ ਭਾਰਤਵਰਸ਼ ਇੱਕ ਬਹੁਤ ਹੀ ਸੋਹਣਾ ਭਾਰਤਵਰਸ਼ ਜਿਹੜਾ ਹੈਗਾ ਇੱਕ ਬਹੁਤ ਹੀ ਸੋਹਣਾ ਗੁਲਦਸਤਾ ਹੈ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਜਦੋਂ ਨਾਰਥ-ਈਸਟਰਨ ਸਟੇਟਾਂ ਰੂਨਾਚਲ ਪ੍ਰਦੇਸ਼ ਨਾਗਾਲੈਂਡ ਸਿੱਖ ਮਿਗਾਲਿਆ ਦੇ ਵਿੱਚ ਸੂਰਜ ਦੀ ਪਹਿਲੀ ਕਿਰਨ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੁੰਦੀ ਹੈ ਤਾਂ ਉਦੋਂ ਆਲ ਦੋ ਵੇ ਵੈਸਟ ਸਾਡੇ ਬਾੜ ਮੇੜ ਦੇ ਰਾਜਸਥਾਨ ਦੇ ਟਿੱਬਿਆਂ ਦੇ ਉੱਤੇ ਔਸ ਦੀਆਂ ਛਟੀਆਂ ਯਾਨੀ ਕਿ ਔ ਤੁੰਦ ਦੀਆਂ ਛੋਟ-ਛੋਟੀਆਂ ਛਿੱਟਾਂ ਐ ਐਸ ਹੰਗਾਰਾ ਦਿੰਦੀਆਂ ਜਿੱਦਾਂ ਹੁਣੀ ਮੀਂਹ ਪਾ ਕੇ ਹਟਿਆ ਹੁੰਦਾ ਕੁਦਰਤ ਨੇ ਬਹੁਤ ਵਧੀਆ ਨਿਵਾਜਿਆ ਸਾਡੀ ਧਰਤੀ ਨੂੰ ਭਾਰਤ ਵਰਸ਼ ਨੂੰ ਹਰ ਕੁਦਰਤੀ ਸੌਮੇ ਦਿੱਤੇ ਹੈ ਜਿੱਧਰ ਇੱਕ ਪਾਸੇ ਹਿਮਾਲਿਆ ਪਰਵਾ ਹਿਮਾਲਿਆ ਪਰਬਤ ਹੈ ਜਿਹੜਾ ਕਿ ਦੁਨੀਆ ਦਾ ਸਭ ਤੋਂ ਉੱਚੀ ਚੋਟੀ ਬਖਸ਼ੀ ਆ ਉੱਥੇ ਦੁਨੀਆ ਦਾ ਸਭ ਤੋਂ ਡੂੰਘਾ ਸਮੁੰਦਰ ਜਿਹੜਾ ਹੈਗਾ ਆਲਦੋਵੇ ਤਾਮਿਲਨਾਡੂ ਦੇ ਸੈੱਟ ਦੇ ਉੱਤੇ ਹੈਗਾ ਐਂਡ ਆਫ ਪ੍ਰਮਾਤਮਾ ਨੇ ਹੁਣ ਆਪਾਂ ਗੱਲ ਕੀਤੀ ਕਿ ਕੋਈ ਗੱਲ ਹੋ ਸਕੂਗੀ ਮੈਂ ਦੋ ਜੋੜੀਆਂ ਕਿ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਜੋਰ ਲਾ ਰਹੀਆਂ ਨੇ ਹੁਣ ਕਿਸਾਨ ਸਰਕਾਰ ਨੂੰ ਚਾਹੀਦਾ ਕਿ ਉਹ ਪਿੱਛੇ ਹਟੇ ਗੱਲਬਾਤ ਦਾ ਰਾਹ ਖੋਲੇ ਕੋਈ ਵਿਚਲਾ ਰਾਹ ਨਿਕਲ ਸਕੇ ਜਾਂ ਰੱਦ ਕਾਨੂੰਨ ਰੱਦ ਕਰਕੇ ਦੁਬਾਰਾ ਵਿਚਾਰ ਲਾਇਆ ਜਾਣ ਕਿਸਾਨਾਂ ਨੂੰ ਆਪ ਦੇ ਵਿਸ਼ਵਾਸ ਵਿੱਚ ਲੈ ਕੇ ਕੀ ਹੋ ਸਕੇਗਾ ਕਿ ਆ ਦੋਨੋਂ ਪਾਰਟੀਆਂ ਮਤਲਬ ਕਿਸਾਨ ਜਥੇਬੰਦੀਆਂ ਤੇ ਸਰਕਾਰਾਂ ਵੱਲੋਂ ਬਹਿ ਕੇ ਕੋਈ ਟੇਬਲ ਤੇ ਗੱਲ ਹੋ ਸਕੇਗੀ ਐਸ ਪ੍ਰੈਸ਼ਰ ਦੇ ਵਿੱਚ ਆ ਕੇ ਤੁਸੀਂ ਆਪ ਦਾ ਆਨਸਰ ਜਰੂਰ ਦੱਸਿਓ ਇਹ ਗੁਲਦਸਤਾ ਜਿਹੜਾ ਖਿੜਿਆ ਰਹਿਣਾ ਚਾਹੀਦਾ ਐਸੇ ਸੰਦਰਭ ਦੇ ਵਿੱਚ ਹੀ ਮੈਂ ਅੱਗੇ ਵਧੂੰਗਾ ਤਾਂ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਦਸ਼ਕਾ ਕਿਉਂ ਨਹੀਂ ਸਰਕਾਰ ਨੇ ਅੱਜ ਸਾਰੀ ਦਾ ਸਾਰਾ ਦਿਨ ਗੱਲ ਕੀਤੀ ਕਿਉਂਕਿ ਸਰਕਾਰ ਬਿਜੀ ਸੀ ਆ ਬੀਜਪੀ ਨਹੀਂ ਬੀਜਪੀ ਤੋਂ ਪਹਿਲਾਂ ਜਿਹੜਾ ਭਾਰਤੀ ਜਨ ਸੰਘ ਹੁੰਦਾ ਆ ਉਹਦੇ ਜਿਹੜੇ ਸੰਸਥਾਪਕ ਸੀ ਪੰਡਿਤ ਦੀਨदयाल उपाध्याय ਉਹਨਾਂ ਦੀ ਅੱਜ ਪੁੰਨਿਆ ਤਿਥੀ ਸੀ ਸਰਕਾਰ ਸਾਰਾ ਦਿਨ ਆ ਭੀਮਰਾਬ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਦਿੱਲੀ ਉਹਨਾਂ ਦੀ ਜਿਹੜੀ ਪੁੰਨਿਆ ਤਿਥੀ ਬਣਾਉਣ ਚ ਵਿਜੀ ਸੀ ਆਪਾਂ ਮਾੜਾ ਨਹੀਂ ਕਹਿੰਦੇ ਬڑے ਦਾਰਸ਼ਨਿਕ ਹੋਏ ਨੇ ਬੜੇ ਉਹ ਸਿਧਾਂਤਾਂ ਵਾਲੇ ਹੋਏ ਨੇ ਉਸ ਵਿੱਚ ਤੇ ਉਹਨਾਂ ਨੇ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਜਿਹੜੀ ਬਾਤ ਜਾ ਕੇ ਭਾਰਤੀ ਜਨਤਾ ਪਾਰਟੀ ਬਣੀ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ ਉਹਨਾਂ ਬਾਰੇ ਉਹਨਾਂ ਦਾ ਨਾਮ ਤੇ ਜਿਹੜਾ ਇੱਕ ਰੇਲਵੇ ਸਟੇਸ਼ਨ ਦਾ ਨਾਮ ਵੀ ਰੱਖ ਦਿੱਤਾ ਗਿਆ ਦਿੱਲੀ ਆ ਦਰਸ਼ਕ ਉਹਨਾਂ ਦਾ ਜਨਮ ਜੋ ਸੀਗਾ ਉਹ 25 ਸਤੰਬਰ 25 ਸਤੰਬਰ 1906 ਨੂੰ ਹੋਇਆ ਸੀ ਤੇ ਉਹਨਾਂ ਦਾ ਦੇਹਾਂਤ ਅਜ ਦੇ ਦਿਨ 11 ਫਰਵਰੀ 1968 ਦੇ ਵਿੱਚ ਹੋ ਗਿਆ ਸੀ। ਉਹਨਾਂ ਨੇ ਭਾਰਤੀ ਜਨ ਸੰਘ ਦੀ ਨੀਂ ਰੱਖੀ ਔਰ ਕਾਮਯਾਬੀ ਕੀਤਾ। ਉਹਨਾਂ ਦੀ ਹੈਲਪ ਜਿਹੜੀ ਸਾਰ ਤੋਂ ਜ਼ਿਆਦਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਸੀ ਇਸ ਪੂਰੀ ਸੰਸਥਾ ਨੂੰ ਖੜੇ ਕਰਨ ਦੇ ਵਿੱਚ। ਸੋ ਉਹ ਛੱਡ ਕੇ ਚਲੇ ਗਏ ਸੀ। ਅੱਜ ਦੇ ਦਿਨ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਇਹ ਗੱਲ ਕਿਉਂ ਕਰ ਰਿਹਾ ਕਿਉਂਕਿ ਆਪਾਂ ਸਾਰਿਆਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਹੈ। ਪਰ ਐਟ ਦ ਸੇਮ ਟਾਈਮ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ 24 ਘੰਟੇ ਨਿਕਲ ਗਏ ਦੇਸ਼ ਦੇ ਵਿੱਚ ਥਾਂ ਥਾਂ ਹਰ ਚੀਜ਼ ਨੂੰ ਉਵਾਲਾ ਆ ਰਿਹਾ ਆ ਉਹਨਾਂ ਨੂੰ ਚਾਹੀਦਾ ਸੀ ਅੱਜ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਜਾਂ ਸਟੇਟਮੈਂਟ ਜਾਰੀ ਕਰ ਦੇ ਕਿ ਅਸੀਂ ਗੱਲ ਨੂੰ ਤਿਆਰ ਪਰ ਪੂਰੀ ਜਿਹੜੀ ਸ਼ਾਂਤੀ ਰਹੀ 24 ਘੰਟੇ ਕਿਤੇ ਨੇ ਕਿਤੇ ਖਲਦੀ ਆ ਦਰਸ਼ਕੋ ਦੱਸਿਓ ਕਿ ਆ ਜਿਹੜਾ ਪ੍ਰੈਸ਼ਰ ਬਿਲਡ ਹੋ ਰਿਹਾ ਰਾਜਨੀਤਿਕ ਪਾਰਟੀਆਂ ਵੱਲੋਂ ਤੇ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਸੰਘਰਸ਼ ਸਮਿਤੀਆਂ ਵੱਲੋਂ ਜਿਹੜਾ ਪ੍ਰੈਸ਼ਰ ਬਿਲਡ ਹੋ ਰਿਹਾ ਕਿ ਇਹ ਕੰਮ ਕਰੂਗਾ ਸਰਕਾਰ ਕਿਸੇ ਟੇਬਲ ਤੇ ਬਹਿ ਕੇ ਗੱਲ ਕਰੂਗੀ ਆਪਦੇ ਵਿਚਾਰ ਜਰੂਰ ਸਾਂਝੇ ਕਰਿਓ ਅ ਦਰਸ਼ਕੋ ਅੱਗੇ ਵਧਦੇ ਆਪਾਂ ਹੁਣ ਤੱਕ ਜਿਹੜਾ ਕਰੋਨਾ ਵਾਇਰਸ ਆ ਬੜੀ ਭੈੜੀ ਬਿਮਾਰੀ ਆਈ ਬਿਮਾਰੀ ਨਹੀਂ ਇੱਕ ਵਾਇਰਸ ਹੈਗਾ ਹੁਣ ਤੱਕ ਦੁਨੀਆ ਦੇ ਵਿੱਚ 10 ਕਰੋੜ 78 ਲੱਖ ਪ੍ਰਾਣੀ ਜਿਹੜਿਆ ਇਹਦੇ ਤੋਂ ਪੋਜ਼ਿਟਿਵ ਆਏ ਗਏ ਜਿਹੜਾ ਨੂੰ ਇਹਨੇ ਹਿੱਟ ਕੀਤਾ ਔਰ ਇਸ ਟਾਈਮ 7 ਕਰੋੜ 98 ਲੱਖ ਦੇ ਕਰੀਬ ਜਿਹੜੇ ਦੁਆਰਾ ਵਾਪਸ ਮੁੱਖ ਲਹਿਰ ਦੇ ਵਿੱਚ ਯਾਨੀ ਕਿ ਉਹ ਸਵਸਥ ਹੋ ਗਏ ਨੇ ਉਹ ਉਹਨਾਂ ਨੂੰ ਟੀਕਾ ਲੱਗ ਗਿਆ ਜਾਂ ਉਹਨਾਂ ਨੂੰ ਦਵਾਈ ਆਪੇ ਆਪ ਹੀ ਕੁਦਰਤ ਨੇ ਉਹਨਾਂ ਨੂੰ ਇੰਨਾ ਬਲ ਬਖਸ਼ਿਆ ਕਿ ਉਹ ਵਾਪਸ ਠੀਕ ਹੋ ਗਏ ਨੇ ਸ਼ੁਕਰ ਹੈ ਪਰ ਕਰੀਬ 23 ਲੱਖ ਦੇ ਕਰੀਬ ਜਾਨਾਂ ਆਪਾਂ ਗਵਾ ਚੁੱਕੇ ਆ ਮੈਂ ਗੱਲ ਤਾਂ ਕਰ ਰਿਹਾ ਕਿ ਦਰਸ਼ਕੋ ਹੱਲੇ ਵੀ ਖਤਰਾ ਜਿਹੜਾ ਟਲਿਆ ਨਹੀਂ ਹੈ ਹੱਲੇ ਵੀ ਆਪਾਂ ਨੂੰ ਸੋਚ-ਸੋਚ ਕੇ ਕਦਮ ਰੱਖਣਾ ਪੈਣਾ ਖਾਸ ਕਰਕੇ ਸਾウਦੀ ਅਰਬ ਜਿਹੜੀਆਂ ਕੰਟਰੀਆਂ ਅਰਬ ਕੰਟਰੀਜ਼ ਆਫ ਦਾ ਰੂਲ ਦੇ ਉੱਤੇ ਸਟ੍ਰਿਕਟ ਨੇ ਅੱਜ ਅੱਜ ਦੇ ਦਿਨ ਸਾウਦੀ ਅਰਬ ਨੇ ਆ ਕਰੀਬ ਕਰੀ 20 ਮੁਲਕਾਂ ਦੇ ਨਾਗਰਿਕ ਵੈਨ ਕਰ ਦਿੱਤੇ ਆ ਆਪਦੀ ਕੰਟਰੀ ਚ ਆਉਣ ਨੂੰ ਕਿਉਂਕਿ ਉੱਥੇ ਕਰੋਨਾ ਵਾਇਰਸ ਵੱਧ ਰਿਹਾ ਉਹ ਵੀ ਕੰਟਰੀਆਂ ਦੇ ਵਿੱਚ ਅਮਰੀਕਾ ਵੀ ਆ ਤੇ ਭਾਰਤ ਵੀ ਆ ਮੈਂ ਸਿਰਫ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਜੇ ਤੁਸੀਂ ਜਾ ਰਹੇ ਹੋ ਉੱਥੇ ਇਹ ਤੁਹਾਡਾ ਫਰੈਂਡ ਜਾ ਰਿਹਾ ਉਹ ਤੁਹਾਡੇ ਦਿਮਾਗ 'ਚ ਹੋਵੇ ਕਿ ਉੱਥੇ ਕਵਾਰੰਟਾਈਨ ਹੀ ਨਹੀਂ ਹੋ ਸਕਦਾ ਉਹ ਤੁਹਾਨੂੰ ਬੈਕ ਵੀ ਮੋੜ ਦਿੱਤਾ ਜਾਵੇ ਆਪਦਾ ਪੂਰਾ ਖਿਆਲ ਰੱਖਣਾ ਦਰਸ਼ਕੋ ਇਸ ਚੀਜ਼ ਦਾ ਅੱਗੇ ਬਾਦਿਆਂ ਦਰਸ਼ਕੋ ਕਿ ਮੈਂ ਆ ਬਾਰ-ਬਾਰ ਹਰੇਕ ਐਪੀਸੋਡ ਹਰੇਕ ਪ੍ਰੋਗਰਾਮ ਦੇ ਵਿੱਚ ਕਿਸਾਨ ਅੰਦੋਲਨ ਦੀ ਹੀ ਗੱਲ ਕਿਉਂ ਕਰਦਾ ਇਹਦੇ ਬਾਰੇ ਹੀ ਕਿਉਂ ਕੁਐਸਚਨ ਪੁੱਛਦਾ ਦਰਸ਼ਕੋ ਆਪਣੇ ਬਹੁਤ ਮੁੱਦੇ ਨੇ 135 36 38 ਕਰੋੜ ਦਾ ਦੇਸ਼ ਆ ਰੋਜ਼ ਨਵੀਆਂ ਨਵੀਆਂ ਘਟਨਾਵਾਂ ਵਾਪਰਦੀਆਂ ਨੇ ਖਾਸ ਕਰਕੇ ਇੱਕ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਸਾਡੇ ਪੰਜਾਬ ਦੇ ਵਿੱਚ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਮੈਂ ਗੁਰਲਾਲ ਪ੍ਰੋਗਰਾਮ ਓਪਨ ਪਲੇਟਫਾਰਮ ਤੇ ਜਸ ਪੰਜਾਬੀ ਚੈਨਲ ਦਰਸ਼ਕੋ ਮੈਂ ਤੁਹਾਡੇ ਨਾਲ ਜੁੜਦਾ ਹੁਣ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਆਪ ਗੱਲ ਕਰ ਰਹੀ ਸੀ ਮੈਂ ਕੁਐਸਚਨ ਰੱਖਿਆ ਸੀਗਾ ਕਿ ਇਹ ਜਿਹੜਾ ਦੋ ਪਾਸੇ ਪ੍ਰੈਸ਼ਰ ਬਿਲਡ ਹੋ ਰਿਹਾ ਆ ਵਿਰੋਧੀ ਪਾਰਟੀਆਂ ਵੱਲੋਂ ਤੇ ਜਿਹੜਾ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਤੇ ਮਜ਼ਦੂਰ ਸੰਘਰਸ਼ ਕਮੇਟੀਆਂ ਵੱਲੋਂ ਕਰੀਬ-ਕਰੀਬ ਹੁਣ ਜਨ ਆंदोलਨ ਬਣ ਚੁੱਕਿਆ ਹੈ ਕਿ ਇਹ ਅਕੀ ਤਨਾ ਕਿਤੇ ਸਰਕਾਰ ਨੂੰ ਮਜਬੂਰ ਕਰੂਗਾ ਟੇਬਲ ਤੇ ਆ ਕੇ ਗੱਲ ਕਰਨ ਨੂੰ ਜਾਂ ਕਿਦਾਂ ਕੀ ਤੁਹਾਡਾ ਵਿਚਾਰਾ ਜਰੂਰ ਹੇਠ ਲਿਖੇ ਨੰਬਰਾਂ ਤੇ ਸਾਨੂੰ ਕਾਲ ਕਰਕੇ ਆਪਦੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ ਦਰਸ਼ਕੋ ਅੱਗੇ ਵਾਦਦੇ ਮੈਂ ਤੁਹਾਨੂੰ ਦੱਸਿਆ ਸੀ ਕਰੋਨਾ ਵਾਇਰਸ ਕੀ ਆਪਣੇ ਕੋਲ ਗੱਲਾਂ ਬਹੁਤ ਹੋਣੀਆਂ ਨੇ ਜਿਹੜੀਆਂ ਆਪਾਂ ਕਰ ਸਕਦੇ ਆ ਅ ਰੋਜ਼ ਰੋਜ਼ ਕਿਸਾਨ ਅੰਦੋਲਨ ਦਾ ਇਸ ਕਰਕੇ ਕਰ ਰਹੇ ਕਿਉਂਕਿ ਸਾਡੇ ਭੈਣ ਭਰਾ ਬਜ਼ੁਰਗ ਮਹਤਾਵਾਂ ਉੱਥੇ ਬਹੁਤ ਬੈਠੀਆਂ ਨੇ ਜਿਹੜੀਆਂ ਕੀ ਅ ਅੱਜ 77ਵਾਂ ਦਿਨ ਵੀ ਪੂਰਾ ਹੋ ਗਿਆ ਜਿਨ੍ਹਾਂ ਦਾ ਦਰਦ ਹੈ ਦਿਲਾਂ ਦੇ ਵਿੱਚ ਕਿ ਉਹ ਆਪ ਆਪ ਦੇ ਘਰੇ ਜਾਣ ਤੇ ਖਾਸ ਕਰਕੇ ਮੰਗਾਂ ਜਿਹੜੀਆਂ ਪੂਰੀਆਂ ਹੋਣ ਫਿਰ ਘਰੇ ਜਾਣ ਅ ਅ ਦੱਸਖੋ ਹਰ ਮੇ ਦੋਸਤਾਂ ਕਿ ਮੰਦ ਭਾਗੀ ਕਟਨਾ ਇੱਕ ਕਟੀ ਕੀ ਧੁੰਦ ਬਹੁਤ ਪੈ ਰਹੀ ਹੈ ਖਾਸ ਕਰਕੇ ਜੇ ਤੁਸੀਂ ਹਿਮਾਚਲ ਪੰਜਾਬ ਹਰਿਆਣਾ ਦੀ ਗੱਲ ਕਰੋ ਤਾਂ ਅ ਕਈ ਜਗ੍ਹਾ ਕਈ ਮੰਦ ਭਾਗੀਆਂ ਕਟਨਾ ਵਾ ਵਾਪਰੀਆਂ ਇੱਕ ਘਟਨਾ ਫਗਵਾੜਾ ਗੁਰਾਇਆਂ ਤੋਂ ਜਲੰਧਰ ਦੇ ਵਿਚਾਲੇ ਵਾਪਰੀ ਜਿੱਥੇ ਕਰੀਬ ਕਰੀਬ 25 ਗੱਡੀਆਂ ਅ ਧੁੰਦ ਦਾ ਕਰਕੇ ਇੱਕ ਦੂਜੇ ਨਾਲ ਪੇੜ ਗਈਆਂ ਤੇ ਆਪਾਂ ਨੂੰ ਇੱਕ ਜਾਨ ਵੀ ਗੁਆਣੀ ਪਈ ਆ ਗੱਲ ਇਹ ਰਹੀ ਕਿ ਗੱਡੀਆਂ ਦੀ ਸਪੀਡ ਹੌਲੀ ਸੀ ਧੌਂਦਾ ਕਰਕੇ ਹੌਲੀ-ਹੌਲੀ ਵੱਜੀਆਂ ਪਰ ਫਿਰ ਵੀ ਇੱਕ ਜਾਨ ਤੋਂ ਆਪਾਂ ਨੂੰ ਹੱਥ ਧੋਣਾ ਪਿਆ ਸੋ ਮੈਂ ਨਵੇਦਨ ਅਰਜ ਕਰੂੰਗਾ ਜੇ ਤੁਸੀਂ ਇੰਡੀਆ ਦੇ ਟ੍ਰਿਪ ਤੇ ਹੋ ਜਾਂ ਇੱਥੇ ਵੀ ਹੋ ਜਿੱਦਾਂ ਬਾਰਿਸ਼ ਹੋ ਰਹੀ ਹੈ ਆਪਦਾ ਪੂਰਾ ਖਿਆਲ ਰੱਖਣਾ ਦਰਸ਼ਕੋ ਅੱਗੇ ਵਧਦੇ ਹਾਂ ਸਰਕਾਰਾਂ ਦੇ ਵਿੱਚ ਕੇਂਦਰ ਸਰਕਾਰਾਂ ਦੇ ਵਿੱਚ ਤੇ ਰਾਜ ਸਰਕਾਰਾਂ ਦੇ ਵਿੱਚ ਬਹੁਤ ਵਾਰੀ ਟਕਰਾਅ ਹੁੰਦਾ ਔਰ ਕਈ ਵਾਰੀ ਸਰਕਾਰਾਂ ਦੇ ਤੇ ਵਿਰੋਧੀ ਦਲ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਿੱਚ ਵੀ ਬਹੁਤ ਟਕਰਾਵ ਹੁੰਦਾ ਰਹਿੰਦਾ ਆ ਪਰ ਕਈ ਵਾਰ ਟਕਰਾਵ ਇੰਨਾ ਵੱਧ ਜਾਂਦਾ ਆ ਕਿ ਕੱਲਿਓ ਸਰਕਾਰ ਨੂੰ ਹੀ ਨਹੀਂ ਕੱਲਿਓ ਵਿਰੋਧੀ ਪਾਰਟੀ ਨਹੀਂ ਬਲਕਿ ਪੂਰੇ ਤੇ ਪੂਰੇ ਦੇਸ਼ ਨੂੰ ਬੜਾ ਨੀਵਾ ਦੇਖਣਾ ਪੈਂਦਾ ਇਦਾਂ ਦੀਆਂ ਹਰਕਤਾਂ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਯਾਦ ਦਵਾਉਣਾ ਕਿ ਪਿਛਲੇ ਜਿਹੜਾ ਆ ਆਪਣੇ ਜਿਹੜੇ ਰਾਸ਼ਟਰਪਤੀ ਟਰੰਪ ਸਾਹਿਬ ਸੀ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਗਿਆ ਉਹਦੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ ਜ ਜੇਨਾਂ ਪੂਰੇ ਨੇਸ਼ਨ ਨੂੰ ਪੂਰੇ ਦੇਸ਼ ਨੂੰ ਜੋ ਹੈ ਨੀਵਾਂ ਦੇਖਣਾ ਪਿਆ ਸੀਗਾ ਆ ਜਿਹੜੀ ਸਪੀਕਰ ਸੀਗੇ ਨੀਂਨਸੀ ਪੋਲਿਸੀ ਉਹ ਕਿਸੇ ਬਾਹਰਲੇ ਟੂਰ ਤੇ ਜਾ ਰਹੀ ਸੀ ਆਪਦੇ ਸਟਾਫ ਦੇ ਨਾਲ ਪ੍ਰੋਪਰ ਅਪਰੂਵਲ ਲੈ ਵੀ ਲਈ ਸੀ ਪਲੇਨ ਦੀ ਵੀ ਅਪਰੂਵਲ ਹੋ ਗਈ ਸੀ ਸਭ ਕੁਝ ਹੋ ਗਿਆ ਸੀ ਪਰ ਜਦੋਂ ਪਲੇਨ ਦੇ ਵਿੱਚ ਬੈ ਗਈ ਉਦੋਂ ਉਹਨਾਂ ਨੂੰ ਉੱਥੋਂ ਉਠਾਲ ਦਿੱਤਾ ਗਿਆ ਪੂਰੇ ਸਟਾਫ ਦੇ ਨਾਲ ਕੀ ਵਾਈਟ ਹਾਊਸ ਨੇ ਤੁਹਾਡਾ ਜਿਹੜਾ ਦੌਰਾ ਹੈ ਉਹ ਕੈਨਸਲ ਕਰਤਾ ਜਾਂ ਪਲੇਨ ਦੀ ਤੁਸੀਂ ਅਪਰੂਵਲ ਨਹੀਂ ਲਈ ਆ ਕਿਸੇ ਵੀ ਕਾਰਨ ਕਰਕੇ ਬਾਅਦ ਵਿੱਚ ਇਨਵੈਸਟੀਗੇਸ਼ਨ ਹੋਇਆ ਸੀ ਸਭ ਕੋ ਸਹੀ ਪਰ ਕੁਝ ਗਲਤੀਆਂ ਕਰਕੇ ਕੁਝ ਅਫਸਰ ਦੀ ਗਲਤੀਆਂ ਕਰਕੇ ਕੁਝ ਹੋ ਜਾਂਦਾ ਇਦਾਂ ਦਾ ਹੀ ਕੁਝ ਵਾਪਰਿਆ ਦਰਸ਼ਕੋ ਆਪਣੇ ਮਹਾਰਾਸ਼ਟਰ ਸਟੇਟ ਦੇ ਵਿੱਚ ਮਹਾਰਾਸ਼ਟਰ ਸਟੇਟ ਦੇ ਤੇ ਗੋਆ ਦੇ ਰਾਜੇਪਾਲ ਨੇ ਭਗਤ ਸਿੰਘ ਕੋ ਹਿਸ਼ਿਆਰੀ origianally ਉਹ ਸ਼ਾਇਦ ਉੱਤਰਾਖੰਡ ਨਾਲ ਬਿਲੋਂਗ ਕਰਦੇ ਆ ਉਹਨਾਂ ਨੇ ਉੱਤਰਾਖੰਡ ਦੀ ਮਨਸੂਰੀ ਜਿਹੜੀ ਸਿਟੀ ਆ ਸਾਰੇ ਜਾਣਦੇ ਬਹੁਤ ਸੋਹਣੀ ਸਿਟੀ ਆ ਔਰ ਉੱਥੇ ਉਹਨਾਂ ਨੇ ਕੋਈ ਪ੍ਰੋਗਰਾਮ ਕਰਨ ਜਾਣਾ ਸੀ ਉਹਨਾਂ ਨੇ ਪ੍ਰਾਪਰ ਜੋ ਕਹਿ ਵੀ ਦਿੱਤਾ ਸੀ ਉਹਨਾਂ ਦੇ ਜਿਹੜੇ ਰਾਜਪਾਲ ਦੇ ਸਟਾਫ ਹੁੰਦੇ ਉਹਨਾਂ ਨੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਆਫਿਸ ਚ ਰਿਟਰਨ ਚ ਵੀ ਭੇਜ ਦਿੱਤਾ ਸੀ ਕਿ ਸਾਨੂੰ ਪਲੇਨ ਚਾਹੀਦਾ ਆ ਤੇ ਅਸੀਂ ਨੀ ਨੀ ਤਰੀਕ ਨੂੰ 11 ਫਰਵਰੀ ਨੂੰ ਮੁੰਬਈ ਤੋਂ ਜੋ ਹੈ ਮਨਸੂਰੀ ਜਾਣਾ ਹੈ ਦਰਸ਼ਕੋ ਬੈਠ ਗਿਆ ਆ ਆਪਣੇ ਸਟਾਫ ਦੇ ਨਾਲ ਥੋੜਾ ਬਹੁਤ ਸਟਾਫ ਹੋਊਗਾ ਮੁੰਬਈ 에ਰਪੋਰਟ ਤੇ ਐਟ ਦ ਸੇਮ ਟਾਈਮ ਉਹਨਾਂ ਨੂੰ ਉੱਥੋਂ ਉਠਾ ਕੇ ਕਹਿ ਦਿੱਤਾ ਗਿਆ ਕਿ ਤੁਸੀਂ ਪ੍ਰੋਪਰ ਅਪਰੂਵਲ ਨਹੀਂ ਲਈ ਰਾਜ ਸਰਕਾਰ ਤੋਂ ਉਹਨਾਂ ਦਾ ਜਿਹੜਾ ਪਲੇਨ ਯੂਜ਼ ਕਰਨ ਲਈ ਗੱਲ ਇਹ ਨਹੀਂ ਇਹ ਗੱਲ ਇਹ ਹੈ ਕਿ ਇੱਕ ਗਵਰਨਰ ਹੈ ਉਹ ਸਟੇਟ ਦਾ ਇੱਕ ਨਹੀਂ ਦੋ ਸਟੇਟਾਂ ਦਾ ਗਵਰਨਰ ਹੈ ਗੋਆ ਦਾ ਵੀ ਹੋਈ ਨੇ ਪਗਤ ਸਿੰਘ ਖੋਸ਼ਿਆਰੀ ਮਤਭੇਦ ਹੁੰਦੇ ਨੇ ਬਹੁਤ ਤਰ੍ਹਾਂ ਦੇ ਮਤਭੇਦ ਹੋ ਜਾਂਦੇ ਨੇ ਪਰ ਐਟ ਦ ਸੇਮ ਟਾਈਮ ਕਿਸੇ ਨੂੰ ਠਾਲਣਾ ਪਰ ਅਗੇਨ ਉਹਨਾਂ ਨੂੰ ਠਾਕੇ ਉਠਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਦਰਸ਼ਕੋ ਉਹਨਾਂ ਨੇ ਉੱਥੋਂ ਜ਼ਿੱਦ ਕਰਕੇ ਗਵਰਨਰ ਸਾਹਿਬ ਨੇ ਆਪ ਦੀ ਕਮਰਸ਼ੀਅਲ ਪਲੇਨ ਦੀ ਟਿਕਟ ਲਈ ਤਾਂ ਉੱਥੋਂ ਮંજੂਰੀ ਚਲੇ ਗਏ ਹੁਣ ਮਾਮਲੇ ਦੀ ਤਾਂ ਜਾਂਚ ਹੋ ਰਹੀ ਆ ਕੁਝ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਪਹਿਲਾਂ ਇਨਫ ਟਾਈਮ ਨਹੀਂ ਦਿੱਤਾ ਗਿਆ ਜਾਂ ਇਹ ਉਹ ਵਟ ਏਵਰ ਹੋ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਗੱਲ ਕਰਦਾ ਕਿ ਗਵਰਨਮੈਂਟ ਦੇ ਵਿੱਚ ਇੰਨਾ ਟਕਰਾਵ ਆਪਸ ਵਿੱਚ ਵੱਜ ਜਾਂਦਾ ਕਿ ਜਿਹੜਾ ਹੈਗਾ ਕਿ ਪੂਰੇ ਨੇਸ਼ਨ ਨੂੰ ਜਾਂ ਉਸ ਸਟੇਟ ਨੂੰ ਕਾਫੀ ਨੀਵਾ ਦੇਖਣਾ ਪੈਂਦਾ ਇਹ ਕਿਉਂ ਹੁੰਦਾ ਆ ਅੱਗੇ ਵੱਧਦੇ ਹਾਂ ਦਰਸ਼ਕੋ ਆਪਾਂ ਕਟੋ ਕਟ 29 ਸਾਲ ਪਹਿਲਾਂ ਇੱਕ ਕੇਸ ਵਾਪਰਿਆ ਸੀਗਾ ਪੰਜਾਬ ਦੇ ਵਿੱਚ ਬਲਵੰਤ ਸਿੰਘ ਮਲਤਾਨੀ ਦਾ ਉਹਨਾਂ ਨੂੰ ਅਗਵਾ ਕੀਤਾ ਗਿਆ ਫਿਰ ਉਹਨਾਂ ਦਾ ਕਤਲ ਹੋਇਆ ਜਾਂ ਉਹਨਾਂ ਦੀ ਡੈਥ ਹੋਈ ਕਿਉਂਕਿ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਆਪਾਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਜਿੰਨਾ ਚਿਰ ਠੋਸ ਆ ਸਬੂਤ ਤੁਹਾਡੇ ਸਾਹਮਣੇ ਨਾ ਹੋਣ ਆ ਦਰਸ਼ਕੋ ਉਹਦੇ ਵਿੱਚ ਉਦੋਂ ਦੇ ਅੱਜ ਇੱਕ ਚਾਰਜ ਸ਼ੀਟ ਫਾਈਲ ਹੋਈ 29 ਸਾਲਾਂ ਬਾਅਦ ਉਸ ਟਾਈਮ ਦੇ ਉਥੋਂ ਦੇ ਐਸ ਐਚਓ ਸੀਗੇ ਆਪਣੇ ਕਨਵਰ ਇੰਦਰਪਾਲ ਸਿੰਘ ਉਹਨਾਂ ਦੇ ਖਿਲਾਫ ਇੱਕ ਅ ਚਾਰਜ ਸ਼ੀਟ दाखिल ਹੋਈ ਅੱਜ ਕੋਰਟ ਦੇ ਵਿੱਚ ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਕੇਸ ਦੇ ਵਿੱਚ ਉਸ ਟਾਈਮ ਦੇ ਜਿਹੜੇ ਐਸ ਐਸਪੀ ਹੋਣਗੇ ਔਰ ਜਿਹੜੇ ਬਾਅਦ ਚ ਡੀਜੀਪੀ ਵੀ ਬਣ ਗਏ ਸੀਗੇ ਉਹਨਾਂ ਦਾ ਨਾਮ ਵੀ ਆਉਂਦਾ ਉਹ ਜਮਾਨਤਾਂ ਨੇ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਨੂੰ ਇੱਕ ਦੋ ਹੋਰ ਕੇਸਾਂ ਜਮਾਨਤ ਮਿਲੀ ਹੋਈ ਆ ਅ ਅੱਗੇ ਕੀ ਹੁੰਦਾ ਕਿ ਉਹਨਾਂ ਦਾ ਕੇਸ ਦੇ ਵਿੱਚ ਨਾਮ ਆਉਂਦਾ ਜਾਂ ਉਹ ਉਹਨਾਂ ਦੀ ਕੋਈ ਹੋਰ ਕਾਰਵਾਈ ਹੁੰਦੀ ਹੈ ਤਾਂ ਉਹਨਾਂ ਨਾਲ ਆ ਟਾਈਮ ਦੱਸੂਗਾ ਪਰ ਮੈਂ ਗੱਲ ਕਰ ਰਿਹਾ ਕਿ ਜਿਹੜਾ ਇੰਦਰਪਾਲ ਮਲਤਾਨੀ ਸੀ ਉਹਦਾ ਕੰਮ ਹੋਇਆ ਜੋ ਥਾਣੇ ਦੇ ਵਿੱਚ ਜਾਂ ਨਹੀਂ ਹੋਇਆ ਸਾਡੀ ਜਿਹੜੀ ਨਿਆਂ ਪ੍ਰਣਾਲੀ ਐ ਇੰਨੀ ਸਲੋ ਕਿਉਂ 29 ਸਾਲ ਕਿਉਂ ਲੱਗ ਗਏ ਦਰਸ਼ਕੋ 29 ਸਾਲ ਜੇ ਕੋਈ ਨਹੀਂ ਸੀਗਾ ਕੋਈ ਗੁਨਾਹਗਾਰ ਸਿਗਾ ਤਾਂ ਉਦੋਂ ਸਜ਼ਾ ਮਿਲਣੀ ਚਾਹੀਦੀ ਸੀ ਨਹੀਂ ਤਾਂ ਉਦੋਂ ਕਲੀਅਰ ਹੋ ਜਾਣਾ ਚਾਹੀਦਾ ਸੀਗਾ ਵੀ ਆਹ ਨਹੀਂ ਗੱਲ ਆ ਹੋਈ ਆ ਪਰ ਐਨੀਵੇ ਜੋ ਕੰਮ ਹੋ ਰਿਹਾ ਹੈ ਤਾਂ ਉਹਨਾਂ ਨਾਲ ਟਾਈਮ ਦੱਸੂਗਾ ਭਵਿੱਖ ਦੀ ਬੁੱਕਲ ਦੇ ਵਿੱਚ ਆ ਕਿ ਇਹ ਹੈ ਕੀ ਅੱਗੇ ਕੀ ਚਾਰ ਸ਼ੀਟਾਂ ਫਾਈਲ ਹੁੰਦੀਆਂ ਕਿਸੇ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਇਹ ਨਹੀਂ ਪਾਈ ਜਾਂਦੀ ਅਮ ਦਰਸ਼ਕੋ ਅੱਗੇ ਮੈਂ ਵਾਅਦਾ ਹੈ ਕਿ ਪਾਸ਼ਾ ਵਿਭਾਗ ਵੱਲੋਂ ਪਾਸ਼ਾ ਵਿਭਾਗ ਵੱਲੋਂ ਅੱਜ ਇੱਕ ਗਾਇਕਾ ਨੂੰ ਸ਼ਰੋਮਣੀ ਪੰਜਾਬੀ ਗਾਇਕ ਦਾ ਅਵਾਰਡ ਦੇਣ ਦਾ ਜਿਹੜਾ ਅਨਾਉਂਸਮੈਂਟ ਕੀਤੀ ਗਈ ਹੈ ਉਹ ਗਾਇਕਾ ਰਹਾ ਪਾਲੀ ਦੇਤਵਾਲੀਆ ਦਰਸ਼ਕੋ ਇਹ ਬਹੁਤ ਸੋਹਣੇ ਗਾਣੇ ਲਖਦਾ ਕਈ ਸਾਲ ਪਹਿਲਾਂ ਇਹਨਾਂ ਦਾ ਗਾਣਾ ਆਇਆ ਸੀ ਜਦੋਂ ਇੰਡੀਆ ਦੇ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ ਇਹ ਟ੍ਰੈਂਡ ਬਹੁਤ ਹੋ ਗਿਆ ਸੀ ਕਿ ਦਹੇਜ ਜਿਆਦਾ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਆਪਣੇ ਨਾਲੇ ਕਾਲਰ ਜੁੜ ਗਏ ਨੇ ਦਰਸ਼ਕੋ ਉਸ ਤੋਂ ਬਾਅਦ ਫਿਰ ਆਪਾਂ ਫਿਰ ਇੱਥੇ ਐਸੀ ਗੱਲਬਾਤ ਨੂੰ ਫਿਰ ਜਾਰੀ ਰੱਖਾਂਗੇ ਸ਼ਸ਼ੀ ਕਲਪਨੂ ਸਾਹਿਬ ਕੀ ਹਾਲ ਹੈ ਜੀ ਸ਼ਸ਼ੀ ਕਲਪਨੂ ਸਾਹਿਬ ਤੁਸੀਂ ਔਨ 에ਰ ਹੋ ਸ਼ਸ਼ੀ ਕਲ ਜੀ ਕੀ ਹਾਲ ਹੈ ਪਨੂ ਸਾਹਿਬ ਸਭ ਠੀਕ ਠਾਕ ਹਾਂ ਜੀ ਪਨੂ ਸਾਹਿਬ ਮੈਂ ਜੋ ਗੱਲ ਕਰ ਰਿਹਾ ਸੀਗਾ ਕਿ ਅਬ ਜਿਹੜਾ ਮੇਰਾ ਕੁਐਸਚਨ ਹੈ ਇਹ ਆ ਕਿ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਮਹਾਪੰਚਾਇਤਾਂ ਤਾਂ ਹਰ ਪਾਸੇ ਚੱਲ ਰਹੀਆਂ ਨੇ ਔਰ ਬੜੀ ਸਫਲ ਮਹਾਪੰਚਾਇਤ ਸ਼ਾਇਦ ਐਸ ਵਰਡ ਨੂੰ ਪੰਜਾਬ ਦੇ ਵਿੱਚ ਪਹਿਲੀ ਵਾਰ ਯੂਜ਼ ਕੀਤਾ ਗਿਆ ਹੋਊਗਾ ਜਗਰਾਉਂ ਲੱਗੇ ਹੋਈ ਅੱਜ ਤੇ ਕਾਫੀ ਸਫਲ ਰਹੀ ਬਹੁਤ ਪਰਮਾ ਇਕੱਠ ਸੀ ਕਿਸਾਨ ਜਥੇਬੰਦੀਆਂ ਨੇ ਲੀਡਰਾਂ ਨੇ ਉਹਨੂੰ ਸੰਬੋਧਨ ਵੀ ਬਹੁਤ ਚੰਗੀ ਤਰ੍ਹਾਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਰਾਹੁਲ ਗਾਂਧੀ ਦੀ ਸਪੀਚ ਆ ਬਾਈ ਮਿੰਟਾਂ ਦੀ ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਦੌਰੇ ਰੱਖੇ ਜਾਣੇ ਖਾਸ ਕਰਕੇ ਹਰਨੁਮਾਨਗੜ ਗੰਗਾ ਨਗਰ ਤੇ ਨਗੌਰ ਦੇ ਕਿਸਾਨ ਮਹਾ ਸੰਮੇਲਨ ਜਿਹੜੇ ਉਹਨਾਂ ਨੇ ਸ਼ੁਰੂ ਕਰਨੇ ਆ ਕੀ ਆ ਦੋ ਜਿਹੜੀਆਂ ਪੈਰਲਲ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਪਿਛਲੇ 24 ਘੰਟਿਆਂ ਤੋਂ ਕਿਸੇ ਸਰਕਾਰ ਵੱਲੋਂ ਕੋਈ ਵੀ ਜਿਹੜਾ ਇਸ਼ਾਰਾ ਨਹੀਂ ਆਇਆ ਕਿ ਉਹ ਗੱਲਬਾਤ ਕਰਨ ਨੂੰ ਤਿਆਰ ਹੈ ਕੀ ਇਹ ਜਿਹੜਾ ਚੁੱਪ ਹੈ ਤੋੜੀ ਪ੍ਰੈਸ਼ਰ ਨਾਲ ਇਹ ਸਰਕਾਰ ਦੀ ਚੁੱਪ ਤੋੜੀ ਜਾ ਸਕਦੀ ਹੈ ਕਿਉਂਕਿ ਗੱਲ ਕਰਾਂਗੇ ਤਾਂ ਅੱਗੇ ਵਧੂਗੀ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਜਿਵੇਂ ਕੱਲ ਪੰਜਾਬ ਦੇ ਵਿੱਚ ਜੰਗਰਾਵਾ ਸ਼ਹਿਰ ਦੇ ਵਿੱਚ ਜਿਹੜਾ ਲੁਧਿਆਣੇ ਤੇ ਮੋਗੇ ਦੇ ਵਿੱਚ ਉਹਦੇ ਚ ਬਹੁਤ ਵੱਡਾ ਇਕੱਠ ਹੋਇਆ ਜੀ ਔਰ ਇਸ ਤਰ੍ਹਾਂ ਤੁਸੀਂ ਦੱਸਿਆ ਖਬਰ Rajasthan ਚੋਂ ਵੀ ਆ ਰਹੀਆਂ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਰਾਜਸਾ ਨਗਰ ਦੇ ਵਿੱਚ ਹਨੂਮਾਨਗੜ੍ਹ ਵਿੱਚ ਸਿੱਕਰ ਵਿੱਚ ਵੀ ਮਹਾਪੰਚਾਇਤਾਂ ਹੋਣ ਜਾ ਰਹੀਆਂ ਔਰ ਇਹਦੇ ਵਿੱਚ ਪੋਲੀਟੀਕਲ ਪਾਰਟੀ ਖਾਸ ਕਰਕੇ ਕਾਂਗਰਸ ਦੇ ਰਾਹੁਲ ਕਾਂਧੀ ਜੀ ਵੀ ਪਲਾਨ ਕਰ ਰਹੇ ਨੇ ਜਿਸ ਤਰ੍ਹਾਂ ਇਹ ਅੰਦੋਲਨ ਅੱਗੇ ਵਧਦਾ ਜਾ ਰਿਹਾ ਹੈ ਪੰਜਾਬ ਤੋਂ ਸ਼ੁਰੂ ਹੋਇਆ ਹਰਿਆਣਾ ਛੋਟਾ ਭਰਾ ਰਲਿਆ ਨਾਲ ਤੀਜਾ ਭਰਾ ਪੁੱਤਰ ਯੂਪੀ ਰਲ ਗਿਆ ਫਿਰ ਰਾਜਸਥਾਨ ਰਲ ਗਿਆ ਇਸ ਤਰ੍ਹਾਂ ਅੱਗੇ ਵਧਦਾ ਜਾ ਰਿਹਾ ਜੀ 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 ਤਾਂ ਮੈਨੂੰ ਉਮੀਦ ਹੈ ਵੀ ਜਰੂਰ ਕੇਂਦਰ ਦੀ ਸਰਕਾਰ ਇਸ ਵਾਧੇ ਦਬਾਅ ਨੂੰ ਫੈਲਦੇ ਅੰਦੋਲਨ ਦੇ ਮੱਦੇ ਨਜ਼ਰ ਜਰੂਰ ਗੱਲਬਾਤ ਸ਼ੁਰੂ ਹੋਏਗੀ ਔਰ ਕੋਈ ਨਾ ਕੋਈ ਹੱਲ ਦੀ ਉਮੀਦ ਸਾਨੂੰ ਰੱਖਣੀ ਚਾਹੀਦੀ ਹੈ ਪੰਨੂ ਸਾਹਿਬ ਕੀ ਕਾਰਨ ਹੈ ਕਿ ਪਿਛਲੇ 24 ਘੰਟਿਆਂ ਚੋਂ ਇਸ ਵਾਲੇ ਦੇਸ਼ ਦੇ ਵਿੱਚ ਅ ਰੋਸ਼ ਪਾਰਟੀ ਜਨਤਾ ਪਾਰਟੀ ਨੂੰ ਸਾਫ਼ ਦਿਖ ਰਿਹਾ ਹੈ ਖਾਸ ਕਰਕੇ ਜੇ ਆਪਾਂ ਹਰਿਆਣਾ ਪੰਜਾਬ ਚ ਲੈ ਲਈਏ ਤੱਕੇ ਜਿਹਾ ਛੋਟੇ ਮੋਟੇ ਇਲੈਕਸ਼ਨ ਵੀ ਚੱਲ ਰਿਹਾ ਹੈ ਉਹ ਕੈਂਡੀਡੇਟਸ ਨੂੰ ਲੋਕ ਮੀਟਿੰਗਸ ਕਰਨ ਤੋਂ ਵੀ ਰੋਕ ਰਿਹਾ ਹੈ ਉਹਨਾਂ ਦੇ ਸਭ ਉਹਨਾਂ ਦੇ ਨੋਟਿਸ ਦੇ ਵਿੱਚ ਹੈ ਫੇਰ ਵੀ 24 24 ਘੰਟੇ ਬਿਲਕੁਲ ਚੁੱਪ ਰਹਿਣਾ ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਇਹ ਕੀ ਇਸ਼ਾਰੇ ਕਰਦੀ ਹੈ ਜੀ ਅਹ ਦੇਖੋ ਜੀ ਇਹ ਸਰਕਾਰ ਦੀ ਜਿਹੜੀ ਸੰਵੇਦਨਸ਼ੀਲਤਾ ਬਹੁਤ ਘਟਿਆ ਜੀ ਜੀ ਕਿਉਂਕਿ ਪੰਜਾਬ ਚ ਨਗਰਪਾਲਿਕਾਵਾਂ ਦੇ ਇਲੈਕਸ਼ਨ ਚੱਲ ਰਹੇ ਨੇ ਉਥੇ ਵੀ ਹਿੰਸਕ ਐਮੋਗੇ ਚ ਦੋ ਡੈਥ ਵੀ ਹੋਈਆਂ ਨੇ ਔਰ ਪਹਿਲਾਂ ਜਲਾਲਾਬਾਦ ਚ ਵੀ ਹਿੰਸਾ ਹੋਈ ਬਠਿੰਡੇ ਵਿੱਚ ਹੋਰ ਕਈ ਥਾਵਾਂ ਤੇ ਜੀ ਇਹ ਹਿੰਸਕ ਜਾਂ ਝੜਪਾਂ ਜਾਂ ਐਮੋ ਸਾਹਮਣੇ ਖੜੇ ਹੋ ਜਾਂਦੀਆਂ ਘਟਨਾਵਾਂ ਹੋਈਆਂ ਨੇ ਰਾਜਸਥਾਨ ਚ ਵੀ ਹੋ ਰਹੀਆਂ ਨੇ ਪਰ ਫਿਰ ਵੀ ਸਰਕਾਰ ਦੀ ਜਿਹੜੀ ਉਦਾਸੀਨਤਾ ਦਿਖਾ ਰਹੀ ਆ ਇਹ ਕੋਈ ਚੰਗਾ ਇਸ਼ਾਰਾ ਨਹੀਂ ਹੈ ਜਰੂਰ ਜਿਸ ਦੀ ਡਿਊਟੀ ਬਣਦੀ ਹੈ ਅਕਸਰ ਸਰਕਾਰ ਪਬਲਿਕ ਵਾਸਤੇ ਹੁੰਦੀ ਹੈ ਜੀ ਔਰ ਪਬਲਿਕ ਦੀਆਂ ਜਿਹੜੀਆਂ ਇਹ ਮੁਸ਼ਕਲਾਵਾਂ ਵਧੀਆਂ ਜਾ ਰਹੀਆਂ ਨੇ ਕੇਸ ਕੰਪਲਿਕੇਟਡ ਹੁੰਦੇ ਜਾ ਰਹੇ ਆ ਸਰਕਾਰਾਂ ਨੂੰ ਔਰ ਅਫੀਸਰ ਨੂੰ ਜਰੂਰ ਰਿਸਪੌਂਡ ਕਰਨਾ ਚਾਹੀਦਾ ਜੀ ਪੰਨੂ ਸਾਹਿਬ ਪੰਨੂ ਸਾਹਿਬ ਇੱਕ ਦੋ ਮੇਰੇ ਕੋਲ ਕੁਐਸਚਨ ਹੋਰ ਨੇ ਪਰ ਇੱਕ ਇਸ ਚੀਜ਼ ਤੋਂ ਹਟ ਕੇ ਨੇ ਕਿ ਕੋਟਾ ਦੇ ਵਿੱਚ ਰਾਜਸਥਾਨ ਦੇ ਕੋਟਾ ਦੇ ਵਿੱਚ ਅੱਜ ਨਗਰ ਪਾਲਿਕਾ ਦੇ ਵਿੱਚ ਜਿਹੜਾ ਇਹ ਕੋਟਾ ਤੁਹਾਨੂੰ ਪਤਾ ਕੀ ਪੂਰੇ ਇੰਡੀਆ ਦੀ ਨਹੀਂ ਵਰਲਡ ਦੀ ਇੱਕ এডਿਕੇਸ਼ਨ ਹਬ ਸਿਟੀ ਆ ਤੇ ਬਹੁਤ ਵੱਡਾ ਬਜਟ ਹੁੰਦਾ ਤਾਂ ਉਹਦੇ ਵਿੱਚ ਜਿਹੜੀ ਪਾਰਸ਼ਦ ਕਾਂਗਰਸ ਪਾਰਸ਼ਦ ਮਹਿਲਾ ਪਾਰਸ਼ਦ ਵੱਲੋਂ ਥੱਪੜੋ ਵੀ ਹੱਥੋਪਾਈ ਹੋਣਾ ਇੱਕ ਬੀਜੇਪੀ ਦੀ ਪਾਰਸ਼ਦ ਨਾਲ ਤੇ ਫਿਰ ਬੀਜੇਪੀ ਦੀ ਜਿਹੜੀ ਪਾਰਸ਼ਦ ਆ ਓਹੋ ਗਮਲਾ ਚੱਕ ਕੇ ਮਾਰ ਦਿਓ ਜਾ ਕੇ ਤੀਜੀ ਕਾਂਗਰਸ ਦੀ ਪਾਰਸ਼ਦ ਨੂੰ ਲੱਗਦਾ ਇਸ ਚੀਜ਼ ਨਾਲ ਇਹ ਚੀਜ਼ਾਂ ਮਤਲਬ ਕਿ ਇੱਕ ਸਭਿਆ ਸਮਾਜ ਦੇ ਵਿੱਚ ਸ਼ੋਭਾ ਦਿਨੀਆਂ ਚੀਜ਼ਾਂ ਖਾਸ ਕਰਕੇ ਜਦੋਂ ਤੁਸੀਂ ਇੱਕ ਮੀਟਿੰਗਸ ਦੇ ਵਿੱਚ ਬੈਠੇ ਹੋ ਐ ਤੁਸੀਂ ਕੋਟਾ ਏਰੀਆ ਦੀ ਗੱਲ ਕੀਤੀ ਜੀ ਮੈਂ ਇਸ ਤੇ ਇੱਕ ਵਾਅਦਾ ਕਰਨਾ ਚਾਹਾਂਗਾ ਜੀ ਕੋਟਾ ਦੇ ਵਿੱਚ ਵੀ ਜਿਵੇਂ ਗੰਗਾ ਨਗਰ ਜ਼ਿਲ੍ਹੇ ਚ ਰਾਜ ਕੈਨਾਲ ਤੇ ਗੰਗ ਕੈਨਾਲ ਹੈ ਇਸ ਤਰ੍ਹਾਂ ਦੋ ਕੈਨਾਲ ਕੋਟਾ ਦੇ ਵੀ ਕੈਚਮੈਂਟ ਏਰੀਆ ਨੂੰ ਫੈਕਟਰ ਕਰਦੀਆਂ ਨੇ ਉਹ ਉੱਥੋਂ ਵੀ ਇੱਕ ਬਹੁਤ ਤਕੜੀ ਐਗਰੀਕਲਚਰ ਪ੍ਰੋਡਕਸ਼ਨ ਦੀ ਖੱਤ ਹੈ ਹਾਂਜੀ ਔਰ ਉੱਥੋਂ ਦੀ ਸੋਇਲ ਵੀ ਬਹੁਤ ਵਧੀਆ ਹੈ ਦੇਖਣ ਨੂੰ ਤਾਂ ਲੱਗਦਾ ਤਰਨਤਾਰਨ ਦੀ ਦਾਣਾ ਮੰਡੀ ਤੇ ਕੋਟਾ ਦੀ ਦਾਣਾ ਮੰਡੀ ਬਿਲਕੁਲ ਇੱਕ ਦਹੀ ਵਰੀ ਇੱਕੋ ਜਿਹੀਆਂ ਲੱਗਦੀਆਂ ਨੇ ਤੁਹਾਨੂੰ ਸਾਬ ਮੈਂ ਕਲੀਅਰ ਕਰਦਾ ਇੱਕ ਮਿੰਟ ਕਲੀਅਰ ਕਰਦਾ ਕਿ ਉੱਥੇ ਵੀ 55% ਆਪਣੇ ਪੰਜਾਬੀ ਹੋਲਡ ਕਰਦੇ ਨੇ ਐਗਰੀਕਲਚਰ ਸੈਂਟਰ ਨੂੰ ਦਰਸ਼ਕਾਂ ਦੇ ਨਾਲ ਮੈਂ ਹਾਂਜੀ ਜੀ ਹਾਂਜੀ ਜੀ ਇਹ ਤੁਸੀਂ ਆ ਮਹਿਲਾਵਾਂ ਦੇ ਨੀਂਤਰਾਂ ਦੀ ਨਗਰਪਾਲਿਕਾ ਦੇ ਬਜਟ ਦੇ ਵੇਲੇ 'ਚ ਛਿੜਪਾ ਹੋਈਏ ਨੇ ਜਾਂ ਇੱਕ ਦੂਜੇ ਤੇ ਸਿੱਸਕ ਆਕਰਮਣ ਕੀਤੇ ਗਏ ਬਹੁਤ ਹੀ ਮੰਦ ਭਾਗੀ ਖਬਰ ਹੈ ਔਰ ਸਾਡਾ ਇਹ ਜਮਹੂਰੀਅਤ ਆ ਇਹ ਸਾਡੀ ਡੈਮੋਕ੍ਰੇਸੀ ਆ ਜਿਹਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤਾਂ ਵੱਧਦਾ ਰੁਝਾਨ ਇਹ ਡੈਮੋਕ੍ਰੇਸੀ ਦੇ ਤੇ ਇੱਕ ੱੱਬਾ ਬਣਦਾ ਜਾ ਰਿਹਾ ਹੈ ਜਿੱਦਾਂ ਸਾਡੀ ਐਜੂਕੇਸ਼ਨ ਦੇ ਸਟੈਂਡਰਡ ਵਧ ਰਹੇ ਆ ਹਾਂਜੀ ਹਾਂਜੀ ਸਾਨੂੰ ਥੋੜਾ ਸਹਿਜ ਰੱਖਣੀ ਚਾਹੀਦੀ ਆ ਥੋੜਾ ਧੀਰਜ ਰੱਖਣਾ ਚਾਹੀਦੀ ਆ ਮਹਿਲਾਵਾਂ ਤੋਂ ਤਾਂ ਖਾਸ ਕਰਕੇ ਜਿਆਦਾ ਧੀਰਜ ਦੀਆਂ ਉਮੀਦਾਂ ਆਪਾਂ ਰੱਖਦੇ ਨੇ ਉਹਨਾਂ ਦੀ ਸਹਿਨਸ਼ੀਲਤਾ ਨੂੰ ਆਪਾਂ ਜਿਆਦਾ ਅੱਗੇ ਰੱਖਦੇ ਆ ਮੰਨਦੇ ਆ ਕਿ ਉਹਨਾਂ ਚ ਸਹਿਨਸ਼ੀਲਤਾ ਜਿਆਦਾ ਹੁੰਦੀ ਆ ਜੀ ਇਹ ਫੇਰ ਵੀ ਹਿੰਸਕ ਵਾਧਾ ਤਾਂ ਹੋ ਰਹੀਆਂ ਤਾਂ ਇਹ ਕੋਈ ਬਾਲੇ ਚੰਗੇ ਸੰਕੇਤ ਨਹੀਂ ਹਨ ਜੀ ਜੀ ਪੰਨੂ ਸਾਹਿਬ ਹੁਣ ਆਪਾਂ ਵਾਪਸ ਪੰਜਾਬ ਤੇ ਆਉਨੇ ਆ ਕੋਈ 29 ਸਾਲ ਪਹਿਲਾਂ ਇੱਕ ਕੇਸ ਵਾਪਰਿਆ ਸੀ ਜਦੋਂ ਪੰਜਾਬ ਪੂਰਾ ਨਹੀਂ ਪੂਰਾ ਇੰਡੀਆ ਹੀ ਲਾਲੋ ਔਰ ਖਾਸ ਕਰਕੇ ਨਾਰਥ ਇੰਡੀਆ ਜੇ ਲਈਏ ਤਾਂ ਕਾਲੇ ਦੌਰ ਵਿੱਚ ਦੀ ਨਿਕਲ ਰਿਹਾ ਸੀ ਉਸ ਟਾਈਮ ਇੱਕ ਕੇਸ ਹੋਇਆ ਸੀ ਬਲਵੰਤ ਸਿੰਘ ਮਲਤਾਨੀ ਦਾ ਤੇ ਉਹਦੀ ਉਹ ਉਹਨੂੰ ਅਗਵਾ ਕੀਤਾ ਗਿਆ ਫਿਰ ਉਹਨਾਂ ਦੀ লাশ ਮਿਲੀ ਹੁਣ ਆਪਾਂ ਨਹੀਂ ਕਿਸੇ ਨੂੰ ਕਿੰਤੂ ਪਰੰਤੂ ਕਰ ਰਹੇ ਕਿਉਂਕਿ ਠੋਸ ਸਬੂਤ ਨਹੀਂ ਹੈ ਕਿ ਉਹਨੂੰ ਅਗਵਾ ਹੋਏ ਸੀ ਨਹੀਂ ਪਰ ਉਹਨਾਂ ਦੀ লাশ ਮਿਲੀ ਸੀ ਪਰ ਉਹਦੇ 29 ਸਾਲਾਂ ਬਾਅਦ ਉਸ ਟਾਈਮ ਦੇ ਐਸਐਚਓ ਕਮਰ ਇੰਦਰਪਾਲ ਸਿੰਘ ਦੇ ਖਿਲਾਫ ਅੱਜ ਇੱਕ ਚਾਰਜ ਸ਼ੀਟ ਫਾਈਲ ਹੋਣੀ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਨਾਮ ਜਿਹੜਾ ਉਸ ਟਾਈਮ ਦੇ ਐਸਐਸਪੀ ਸੀ ਜਿਹੜੇ ਬਾਅਦ ਵਿੱਚ ਡੀਜੀਪੀ ਬਣੇ ਸੁਮਿਆ ਸੈਣੀ ਜੀ ਤੁਹਾਨੂੰ ਲੱਗਦਾ ਕਿ ਕਾਰਵਾਈ ਹੋਰ ਅੱਗੇ ਵੱਧ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਇਹ ਬੜਾ ਚਰਚਿਤ ਤੇ ਬੜਾ ਪੁਰਾਣਾ ਕੇਸ ਹੈ ਜੀ ਮੁਹਾਲੀ ਦਾ ਉੱਥੇ ਇੰਜੀਨੀਅਰ ਮਲਤਾਨੀ ਦਾ ਤਸਦੀਕੀ ਪੁਲਿਸ ਹਰਾਸ ਦੇ ਵਿੱਚ ਮੌਤ ਹੋਈ ਜੀ ਸਰ ਇਸ ਕੇਸ ਨੂੰ ਪਠਾਨਕੋਟ ਨਾਲ ਵੀ ਜੋੜਿਆ ਗਿਆ ਫਿਰ ਇਹ ਬੜਾ ਲੰਮਾ ਕੇਸ ਚੱਲਦਾ ਇਹਦੇ ਵਿੱਚ ਬਹੁਤ ਉਤਕਾੜ ਚੜ੍ਹਾਵੀਆਂ ਆਏ ਨੇ ਹੋਰ ਹੋਣੀ ਹੀ ਪਤਾ ਲੱਗਿਆ ਕਿ ਇਹਦੇ ਵਿੱਚ 4-5 ਚਸ਼ਮਦੀਨ ਗਵਾ ਵੀ ਇਸ ਕੇਸ ਦੇ ਵਿੱਚ ਸਾਹਮਣੇ ਆਏ ਨੇ ਜੀ ਔਰ ਇਹ ਕੇਸ ਕਾਫੀ ਚਰਚਿਤ ਤੇ ਬੜਾ ਮਜ਼ਬੂਤ ਹੋ ਗਿਆ ਨਜ਼ਰ ਆਉਂਦਾ ਹੈ ਇਸ ਦੇ ਉੱਤੇ ਜੋ ਵੀ ਅਦਾਲਤ ਦੀ ਕਾਰਵਾਈ ਹੁਣ ਚੱਲ ਰਹੀ ਹੈ ਅਗੇ ਅੱਗੇ ਵਾਲਾ ਸਮਾਂ ਹੀ ਬਤਾਉਗਾ ਕਿ ਇਹ ਜਿਹੜੇ ਅਕੂਇਜ਼ ਤੇ ਤੁਸੀਂ ਨਾਂ ਲਏ ਨੇ ਹਾਂਜੀ ਹਾਂਜੀ ਇਹਨਾਂ ਦਾ ਅੱਗੇ ਜਮਾਨਤਾ ਮਿਲਦੀਆਂ ਨੇ ਜਾਂ ਇਹ ਆਪਣੀ ਜੁਡੀਸ਼ਰੀ ਹੈ ਜਿਹੜੀ ਨੇਪਾਲ ਕਾ ਕਿੱਥੋਂ ਤੱਕ ਇਹ ਵਿਕਟਮਸ ਨੂੰ ਇਨਸਾਫ ਦੇ ਸਕਦੀ ਹੈ ਵੈਸੇ ਵੀ ਬਹੁਤ ਦੇਰੀ ਹੋ ਚੁੱਕੀ ਹੈ ਇਸ ਕੇਸ ਦੇ ਵਿੱਚ ਹਾਂਜੀ ਉਹੀ ਮੈਂ ਅੱਗੇ ਦਰਸ਼ਕਾਂ ਨਾਲ ਸਾਂਝਾ ਕਰ ਰਿਹਾ ਸੀ ਕਿ 29 ਸਾਲ ਟਾਈਮ ਜਿਹੜਾ ਵੱਡਾ ਕੇਸ ਹੋਵੇ ਤਾਂ 29 ਸਾਲ ਕਿਉਂ ਲੱਗਦੇ ਪਰ ਐਨੀਵੇ ਸਾਡੇ ਕੋਲ ਕੋਈ ਠੋਸ ਸਬੂਤ ਨਹੀਂ ਜੋ ਨਿਊਜ਼ ਦੇ ਵਿੱਚ ਆਇਆ ਜਿੰਨਾ ਬੰਦਾ ਨਾ ਉਹ ਤੁਹਾਡਾ ਸ਼ੇਅਰ ਕੀਤੇ ਆ ਆਉਣ ਵਾਲਾ ਦੱਸੂਗਾ ਟਾਈਮ ਕੀ ਕੀ ਹੋਊਗਾ ਪਰ ਨੂੰ ਸਭ ਇੱਕ ਲਾਸਟ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਸੀ ਜਿਹੜਾ ਕਿ ਜਿਹੜੇ ਬੰਦੇ ਆਪਣੇ ਚਾਹੇ ਟਿੱਕਰੀ ਬਾਰਡਰ ਤੇ ਨੇ ਚਾਹੇ ਸਿੰਘੂ ਬਾਰਡਰ ਤੇ ਨੇ ਆ ਬੜੀਆਂ ਲੰਬੀਆਂ ਲੈਣਾ ਲੱਗੀਆਂ ਹੋਈਆਂ ਟਰਾਲੀਆਂ ਦੀਆਂ ਬਹੁਤ ਲੰਬੀਆਂ ਤੇ ਜਿਦਾ ਕਰਕੇ ਜਿਹੜੇ ਉੱਥੋਂ ਦੇ ਲੋਕਲ ਨੇ ਔਰ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਜੇ ਸਿੰਘੂ ਵੱਲ ਦੀ ਜਾਓ ਤਾਂ ਪਿੱਛੇ ਸੋਨੀਪਤ ਸਿਟੀ ਵੀ ਜ਼ਿਆਦਾ ਦੂਰ ਨਹੀਂ ਰਹਿ ਜਾਂਦੀ ਜਿੱਥੇ ਤੱਕ ਟਰਾਲੀਆਂ ਦਾ ਕਾਫਲਾ ਆ ਤੇ ਉਹ 메인 ਰੋਡ ਦੇ ਉੱਤੋਂ ਦੀ ਜਿਹੜੇ ਲੋਕਲ ਆ ਜਿਹੜੇ ਰੋਜ਼ ਦਿੱਲੀ ਜਾ ਕੇ ਕੋਈ ਕੰਮ ਕਾਜ ਆ ਕੋਈ ਨੌਕਰੀ ਕਰਦਾ ਮਜ਼ਦੂਰੀ ਕਰਦਾ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਆ ਤੇ ਇੱਕ ਸੁਜੈਸ਼ਨ ਮੈਂ ਆਪਦੀ ਫਰੈਂਡਸ ਦੇ ਵਿੱਚ ਵੀ ਸਾਂਝਾ ਕੀਤਾ ਸੀ ਕਿ ਉੱਥੇ ਭੇਜਿਆ ਜਾਵੇ ਕਿ ਆਪਾਂ ਇੰਨਾ ਖਰਚਾ ਕਰ ਰਹੇ ਲੰਗਰ ਲੱਗ ਰਹੇ ਨੇ ਲੋਕ ਜੁੱਤੀਆਂ ਪਾਲ ਸਵੀਕਾਰੇ ਕੱਪੜੇ ਤੋਰੇ ਕਿ ਇੱਕ ਆਟੋ ਰਿਕਸ਼ਾ ਦਾ ਆਟੋ ਰਿਕਸ਼ਾ ਜਾਂ ਛੋਟੀ ਟਰਾਲੀ ਪਾ ਲਈ ਜਾਵੇ ਕਿਸੇ ਟਰੈਕਟਰ ਮਗਰ ਤਾਂ ਕਿ ਜਿਹੜੇ ਉੱਥੋਂ ਦੇ ਲੋਕਲ ਆ ਉਹਨਾਂ ਨੂੰ ਸਵੇਰੇ ਉਧਰ ਲਿਆ ਕੇ ਉਸ ਖੁੰਝੇ ਛੱਡਾਇਆ ਜਾਏ ਤੇ ਉਧਰੋਂ ਲਿਆ ਕੇ ਸ਼ਾਮ ਨੂੰ ਇੱਧਰ ਛੱਡਾ ਜਾਵੇ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਹਾਂਜੀ ਖਬਰਾਂ ਆ ਰਹੀਆਂ ਨੇ ਕਿ ਹੁਣ ਕਾਫੀ ਕਿਸਾਨ ਹਰਿਆਣੇ ਤੋਂ ਟਿੱਕਰੀ ਬਾਰਡਰ ਤੇ ਸ਼ਿਕੂ ਬਾਰਡਰ ਤੋਂ ਹੋਰ ਜਮਾ ਜਮਾਵੜਾ ਵਧਦਾ ਜਾ ਰਿਹਾ ਹੈ ਹਾਂਜੀ ਹਾਂਜੀ ਪਰ ਜਿਹੜੇ ਉਸ ਦੀ ਪਬਲਿਕ ਲੋਕ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਦਿੱਲੀ ਕਮਿਊਟਰ ਨੇ ਹਾਂਜੀ ਕਿ ਉਹਨਾਂ ਨੂੰ ਕੋ ਆਉਣ ਜਾਣ ਚ ਦਿੱਕਤ ਆ ਰਹੀ ਆ ਕਈਆਂ ਨੂੰ 4 ਮੀਲ ਕਈਆਂ ਨੂੰ 5 ਮੀਲ 11 ਕਿਲੋਮੀਟਰ ਤੱਕ ਵੀ ਪੈਦਲ ਤੁਰਨਾ ਪੈ ਰਿਹਾ ਕੁਝ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਜੀ ਜੀ ਵੈਸੇ ਤੇ ਜਿੱਥੇ ਆਪਣੇ ਲੰਗਰ ਲਾਉਂਦੇ ਆ ਉੱਥੇ ਇੱਕ ਇਹ ਕਿਰਾਏ ਪਾੜੇ ਦਾ ਲੰਗਰ ਵੀ ਲਾ ਦੇਣਾ ਚਾਹੀਦਾ ਹੈ ਕੋਈ ਪ੍ਰਬੰਧ ਆਟੋ ਰਿਕਸ਼ਾ ਹੋ ਜੇ ਕੋਈ ਜੀਪ ਹੋ ਜੇ ਜਾਂ ਕੋਈ ਓਪਨ ਦੇਖੋ ਕਿੰਨੇ ਟਰੈਕਟਰ ਟਰਾਲੀਆਂ ਕਿਸਾਨਾਂ ਦੇ ਉਹ ਕਰਾਏ ਦੀ ਲੋਡ ਇੱਕ ਟਰਾਲੀ ਚ ਬਿਠਾ ਕੇ ਕਰ ਲਿਆ ਜਾ ਸਕਦਾ ਉਹਨਾਂ ਨੂੰ ਇੱਕ ਓਪਨ ਟਰਾਲੀ ਜਿੱਤੇ ਜਿਵੇਂ ਹੌਲੀ-ਹੌਲੀ ਚੱਲਣ ਵਾਲੀ ਜਿੱਤੇ ਤੁਰੇ ਜਾਂਦੇ ਮੱਤੀ ਚਾਚੀ ਨੂੰ ਓਪਨ ਟਰਾਲੀ ਕਹਿ ਸਕਦੇ ਆਪਾਂ ਇੱਕ ਓਪਨ ਟਰਾਲੀ ਦਾ ਲੰਗਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਮੈਨੂੰ ਉਮੀਦ ਹੈ ਵੀ ਉਥੋਂ ਦੇ ਪ੍ਰਬੰਧਕ ਇਸ ਗੱਲ ਤੇ ਸੁਜੈਸ਼ਨ ਤੇ ਗੌਰ ਕਰਨਗੇ ਠੀਕ ਬਹੁਤ-ਬਹੁਤ ਧੰਨਵਾਦ ਤੁਸੀਂ ਪੰਨੂ ਸਾਹਿਬ ਸਾਡੇ ਨਾਲ ਜੁੜੇ ਤੁਹਾਡਾ ਧੰਨਵਾਦ ਬਹੁਤ-ਬਹੁਤ ਫੇਰ ਬਹੁਤ-ਬਹੁਤ ਮਿਹਰਬਾਨੀ ਅ ਦਰਸ਼ਕੋ ਇਸਨ ਡਾਕਟਰ ਚੰਦਜੀਤ ਸਿੰਘ ਜੀ ਪੰਨੂ ਤੇ ਆਪਾਂ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਫਿਰ ਸਾਰਿਆਂ ਦਾ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਤੇ ਮੈਂ ਹਾਜ਼ਰ ਹੁੰਨਾ ਜੀ ਤੁਹਾਡੇ ਰੂਬਰੂ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਅ ਦਰਸ਼ਕੋ ਆਪ ਮੈਂ ਆਪਾਂ ਗੱਲ ਕਰ ਰਹੇ ਸੀ ਪਾਸ਼ਾ ਵਿਭਾਗ ਵੱਲੋਂ ਇੱਕ ਜਿਹੜਾ ਗਾਇਕ ਹੈ ਪਾਲੀ ਦੇਤ ਵਾਲੀ ਆ ਸਾਹਿਬ ਉਹਨਾਂ ਨੂੰ ਸਰੋਮਣੀ ਪੰਜਾਬੀ ਗਾਇਕਰ ਦਾ ਅਵਾਰਡ ਦਿੱਤਾ ਜਾਏਗਾ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਤੋਂ ਕਰੀਬ-ਕਰੀਬ 25 ਸਾਲ ਪਹਿਲਾਂ ਇੱਕ ਇਹਨਾਂ ਦਾ ਗਾਣਾ ਬਹੁਤ ਮਕਬੂਲ ਹੋਇਆ ਸੀ ਉਸ ਟਾਈਮ ਦਾ ਗਾਣਾ ਜਦੋਂ ਨਾਰਥ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਨਹੀਂ ਪੂਰੇ ਨਾਰਥ ਇੰਡੀਆ ਦੇ ਵਿੱਚ ਦਹੇਜ ਪ੍ਰਥਾ ਦਾ ਕੰਮ ਇੰਨਾ ਵੱਧ ਗਿਆ ਸੀ ਕਿ ਕੁੜੀਆਂ ਸੁਸਾਈਡ ਕਰਦੀਆਂ ਸੀ ਜਾਂ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਨਾਲ ਜੋ ਵੀ ਕਰ ਦਿੱਤਾ ਜਾਂਦਾ ਸੀ ਉਸ ਵੇਲੇ ਇਹਨਾਂ ਦਾ ਗਾਣਾ ਆਇਆ ਸੀ ਕਿ ਚੁੰਨੀ ਦੇ ਕੇ ਤੋਰੀ ਸੀ ਹੁਣ ਕਫਨ ਪਾ ਕੇ ਆਏ ਨੇ ਬੜਾ ਮਕਬੂਲ ਹੋਇਆ ਸੀਗਾ ਉਸ ਤੋਂ ਬਾਅਦ ਮੈਂ ਤਾਂ ਰੈਗੂਲਰ ਕਿਤੇ ਨਾ ਕਿਤੇ ਫਾਲੋ ਕਰਦਾ ਰਿਹਾ ਪਰ ਹੁਣ ਉਹਨਾਂ ਨੂੰ ਪਾਸ਼ਾ ਵਿਭਾਗ ਵੱਲੋਂ ਇੱਕ ਸ਼ਰੋਮਣੀ ਗਾਇਕਾ ਗਾਇਕਾ ਦਾ ਅਵਾਰਡ ਦਿੱਤਾ ਜਾਏਗਾ ਬਹੁਤ ਚੰਗੀ ਗੱਲ ਹੈ ਪਾਸ਼ਾ ਵਿਭਾਗ ਦੇ ਜਿਹੜੇ ਗੁਰਦਰਸ਼ਨ ਗਿੱਲ ਚੇਅਰਮੈਨ ਉਹਨਾਂ ਨੇ ਇਸ ਚੀਜ਼ ਦੀ ਅਨਾਉਂਸਮੈਂਟ ਕੀਤੀ ਦਸ਼ਕਾ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਵਿਪੱਖਸ਼ ਦੀਆਂ ਰਾਜਨੀਤਿਕ ਪਾਰਟੀਆਂ ਨੇ ਤੇ ਕਿਸਾਨ ਜਥੇਬੰਦੀਆਂ ਉਹ ਜਿਹੜੀਆਂ ਪੈਰਲਲ ਦਬਾਅ ਪਾ ਰਹੀਆਂ ਨੇ ਸਰਕਾਰ 'ਤੇ ਕਿ ਸਰਕਾਰ ਕਿਸੇ ਟੇਬਲ ਤੇ ਆ ਕੇ ਛੇਤੀ ਤੋਂ ਛੇਤੀ ਗੱਲ ਕਰੂਗੀ ਕਿ ਨਹੀਂ ਇਹ ਦੇਖਣਾ ਹੋਊਗਾ ਔਰ ਨਾਲ ਟਾਈਮ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਗੱਲ ਜਰੂਰ ਕਰਿਓ ਹਿੱਟ ਲਿਖੇ ਨੰਬਰਾਂ ਤੇ ਨਰਸਕੋ ਅੱਗੇ ਬਦਦੇ ਆਪਾਂ ਕਿ ਬਾਈਡਨ ਸਾਹਿਬ ਇਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜੋਸਫ ਬਾਈਡਨ ਸਾਹਿਬ ਉਹਨਾਂ ਦੀਆਂ ਫੋਰਨ ਪਾਲਿਸੀਆਂ ਜਿਹੜੀਆਂ ਬੜੀਆਂ ਸਖਤੋ ਸਖਤ ਨਜ਼ਰ ਆ ਰਹੀਆਂ ਉਹਨਾਂ ਨੇ ਅੱਜ ਜਿਹੜੇ ਬੀਤਾ ਬੀਤੇ ਅੱਜ ਉਹਦੇ ਵਿੱਚ ਉਹਨਾਂ ਨੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਪੀ ਜਿੰਗ ਨਾਲ ਸ਼ੀ ਜਿਨਪਿੰਗ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਬਰਾਬਰ ਦਬਾਅ ਬਣਾਇਆ ਕਿ ਹਾਂਗਕਾਂਗ ਦੇ ਵਿੱਚ ਦੁਬਾਰਾ ਲੋਕਤੰਤਰ ਕੰਮ ਕੀਤਾ ਜਾਵੇ ਆਤੰਦਨ ਦਸ਼ਕਾਂ ਕਿ ਚਾਈਨਾ ਵੱਲੋਂ ਬਹੁਤ ਜ਼ਿਆਦਾ ਰੈਸਟ੍ਰਿਕਸ਼ਨ ਹਾਂਗਕਾਂਗ ਦੇ ਉੱਤੇ ਲਗਾਈਆਂ ਗਈਆਂ ਨੇ ਜਿਹਦੇ ਵਿੱਚ ਮਨੁੱਖ ਅਧਿਕਾਰਾਂ ਦਾ ਵੀ ਥੋੜਾ ਕਾਹਨ ਹੋ ਰਿਹਾ ਆ ਔਰ ਇਸ ਮੁੱਦੇ ਤੇ ਇਸ ਤੋਂ ਪਹਿਲਾਂ ਵੀ ਅ ਅਮਰੀਕਾ ਤੇ ਚੀਨਾ ਦੇ ਵਿੱਚ ਟਕਰਾਵ ਰਿਹਾ ਇਸ ਮੁੱਦੇ ਦੇ ਉੱਤੇ ਵੀ ਜਦੋਂ ਉਹ ਟ੍ਰੰਪ ਸਾਹਿਬ ਆਏ ਸੀ ਉਦੋਂ ਤੱਕ ਸ਼ਾਇਦ ਥੋੜੀ ਗੱਲ ਘੱਟ ਹੋਈ ਸੀ ਪਰ ਅੱਜ ਬਾiden ਸਾਹਿਬ ਨੇ ਉਹ ਪੁਰਾਣੀ ਜਿਹੜੀ ਪ੍ਰਕਿਰਿਆ ਨੂੰ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਹਾਂਗਕਾਂਗ ਦੇ ਵਿੱਚ ਹਰ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਤੇ ਲੋਕਤੰਤਰ ਦੀ ਸਥਾਪਨਾ ਦੁਆਰਾ ਹੋਣੀ ਚਾਹੀਦੀ ਆ ਉੱਥੇ ਭਰਮਾ ਮਯਮਾਰ ਜਿੱਥੇ ਕੀ ਪਿਛਲੇ ਕਈ ਦਿਨਾਂ ਤੋਂ ਕਰੀਬ ਅੱਜ ਤਾਂ ਪੰਜਵਾਂ 6ਵਾਂ ਦਿਨ ਹੋ ਗਿਆ ਕਿ ਮਿਲਟਰੀ ਨੇ ਟੇਕਓਵਰ ਕਰ ਲਿਆ ਸੀ ਉੱਥੋਂ ਦੇ ਰਾਸ਼ਟਰਪਤੀ ਉੱਥੋਂ ਦੇ ਪ੍ਰਧਾਨ ਮੰਤਰੀ ਔਰ ਸਾਰੇ ਵੱਡੇ ਲੀਡਰਾਂ ਨੂੰ ਜੇਲ੍ਹ 'ਚ ਜਾਂ ਹਿਰਾਸਤ 'ਚ ਲੈ ਲਿਆ ਸੀ ਤੇ ਉੱਥੇ ਹੁਣ ਫੌਜੀ ਸ਼ਾਸਨ ਚੱਲ ਰਿਹਾ ਹੈ ਉੱਥੋਂ ਦਾ ਕਰੀਬ 1 ਅਰਬ ਡਾਲਰ ਇੱਕ ਅਰਬ ਡਾਲਰ ਜੋ ਹੈ ਬਰਮਾ ਦਾ ਉਹ ਇੱਥੇ ਪਿਆ ਹੋਇਆ ਆ ਅਮਰੀਕਾ ਚ ਜਿਹੜਾ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਸੀਜ਼ ਕਰ ਦਿੱਤਾ ਗਿਆ ਉਹਨਾਂ ਨੇ ਬੜੇ ਚੰਗੇ ਲਹਿਜੇ ਨਾਲ ਉਹਨਾਂ ਨੂੰ ਜਿਹੜੇ ਫੌਜੀ ਉੱਥੇ ਆਫੀਸਰਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਜਿੰਨੇ ਚਿਰ ਲੋਕਤੰਤਰ ਬਹਾਲ ਨਹੀਂ ਹੁੰਦਾ ਜਿੰਨੇ ਚਿਰ ਤੁਸੀਂ ਕੋਈ ਸਥਾਈ ਸਰਕਾਰ ਨਹੀਂ ਬਣਾਉਂਦੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆ ਹਿਰਾਸਤ ਦੇ ਵਿੱਚ ਲਏ ਗਏ ਨੇਤਾ ਨੇ ਉਹੋ ਵਾਪਸ ਨਹੀਂ ਆਉਂਦੇਗੇ ਇੱਥੇ ਤੁਸੀਂ ਉਹਨਾਂ ਨੂੰ ਛੱਡਦੇ ਨਹੀਂ ਉਹਨਾਂ ਚਿਰ ਤੁਹਾਡਾ ਪੈਸਾ ਰਿਲੀਜ਼ ਨਹੀਂ ਕੀਤਾ ਜਾਏਗਾ ਔਰ ਉੱਥੇ ਹੀ ਉਹਨਾਂ ਨੇ ਇੰਪੋਰਟ ਐਕਸਪੋਰਟ ਤੇ ਬਰਮਾ ਦੇ ਯਾਨੀ ਕਿ ਮੈ ਮਾਰਤੇ ਇੰਪੋਰਟ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਵੈਡਨ ਸਾਹਿਬ ਵੱਲੋਂ ਬਰਮਾ ਦੇ ਨਾਲ ਦਰਸ਼ਕੋ ਅੱਗੇ ਵਧਦੇ ਆਪਾਂ ਪੈਸਾ ਬੰਦੇ ਤੋਂ ਕੀ ਕੁਝ ਨਹੀਂ ਕਰਾਉਂਦਾ ਪੈਸਾ ਬੰਦੇ ਤੋਂ ਕੀ ਕੁਝ ਨਹੀਂ ਕਰਾਉਂਦਾ ਅਹ ਮਹਾਰਾਸ਼ਟਰ ਦੀ ਗੱਲ ਆ ਦਰਸ਼ਕੋ ਇਹ ਆਪਣੇ ਪੂਨੇ ਦੇ ਕੋਲ ਜਿੰਨੇ ਵੀ ਸੀਟੀ ਨੇ ਪਿਛਲੇ ਕਈ ਮਹੀਨਿਆਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਚਾਹੇ ਪੂਨਾ ਹੋਵੇ ਚਾਹੇ ਸ਼ੋਲਾਪੁਰ ਹੋਵੇ ਤੇ ਚਾਹੇ ਵਾਪੀ ਹੋਵੇ ਬੜੀਆਂ ਸ਼ਿਕਾਇਤਾਂ ਆ ਰਹੀਆਂ ਸੀਗਾ ਕਿ ਅਸੀਂ ਮੁੰਡੇ ਦਾ ਵਿਆਹ ਕੀਤਾ ਪਰ ਜਿਹੜੀ ਕੁੜੀ ਆ ਉਹ ਗਹਿਣਾ ਘੱਟਾ ਲੈ ਕੇ ਵੀ ਤੇ ਕਾਫੀ ਸਾਰਾ ਕੈਸ਼ ਲੈ ਕੇ ਹੁਣ ਲੱਭ ਨਹੀਂ ਰਹੀ ਫਿਰ ਇੱਕ ਸਟ ਬਣਾਈ ਗਈ স্পেশাল ఇన్ਵੈਸਟੀਗੇਸ਼ਨ ਟੀਮ ਬਣਾਈ ਗਈ ਉਥੋਂ ਦੇ ਮਹਾਰਾਸ਼ਟਰ ਪੁਲਿਸ ਵੱਲੋਂ ਵੀ ਤੇ ਪੂਨੇ ਡਿਸਟ੍ਰਿਕਟ ਹੈਡਕੁਆਟਰ ਵੱਲੋਂ ਨਾਲ ਤੇ ਉਹਨਾਂ ਨੇ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਕਰੀਬ 9 ਕੁੜੀਆਂ ਦਾ ਗਰੋਹ ਜਿਹੜਾ 9 ਕੁੜੀਆਂ ਦਾ ਇੱਕ ਗਰੋਹ ਪੂਰਾ ਗੈਂਗ ਸੀ ਉਹਨਾਂ ਨੂੰ ਅੱਜ ਅਰੈਸਟ ਕੀਤਾ ਤੇ ਪਤਾ ਲੱਗਿਆ ਕਿ ਇਹਨਾਂ ਦੀਆਂ ਨਾਲ ਦੀਆਂ 2-4 ਬੰਦੇ ਤੇ 12-13 ਕੁੜੀਆਂ ਹੱਲੇ ਫਰਾਰ ਨੇ ਉਹ ਕੀ ਕਰਦੇ ਸੀ ਕਿ ਕਿਸੇ ਪਾਰਕ ਦੇ ਵਿੱਚ ਕਿਸੇ ਪਬਲਿਕ ਪਲੇਸ ਦੇ ਵਿੱਚ ਕੁੜੀ ਇੱਕ ਆਪ ਦਾ ਸਾਫ ਸੁਥਰਾ ਚਿਹਰਾ ਲੈ ਕੇ ਬਹਿ ਜਾਂਦੇ ਸੀ ਤੇ ਉਹ ਕਿਸੇ ਵੀ ਮੁੰਡੇ ਆ ਬੰਦੇ ਨੂੰ ਜਦੋਂ ਕਲੋਸ ਤਾਂ ਹੁੰਦੀ ਸੀ ਨੇੜ ਤਾਂ ਹੁੰਦੀ ਸੀ ਉਸ ਤੋਂ ਬਾਅਦ ਉਹਨੂੰ ਕਹਿੰਦੇ ਸੀਗੇ ਕਿ ਫਰੈਂਡਸ਼ਿਪ ਨਹੀਂ ਹੁਣ ਮੈਂ ਵਿਆਹ ਹੀ ਕਰਨਾ ਹੈ। ਤੋਂ ਵਿਆਹ ਕਰਕੇ ਫਿਰ ਥੋੜੇ ਦਿਨਾਂ ਵਿੱਚ ਗਹਿਣੇ ਘੱਟਾ ਲੈ ਕੇ ਤੇ ਉੱਥੋਂ ਫੁਰ ਹੋ ਜਾਂਦੇ ਸੀ ਔਰ ਪਤਾ ਲੱਗਾ ਕਿ ਇਹ ਉਹ ਹੁਣ ਪਤਾ ਕਿ ਇਹ ਨੇੜ ਦੀਆਂ ਜਿਹੜੀਆਂ ਦੋ ਸਟੇਟਾਂ ਗੁਜਰਾਤ ਤੇ ਕਰਨਾਟਕਾ ਇਹ ਪੂਰਾ ਗਿਰਿਆ ਉਹ ਜਿਹੜਾ ਹੈਗਾ ਗੈਂਗ ਆ ਉਥੋਂ ਤੱਕ ਮਾਰ ਕਰਦਾ ਸੀਗਾ ਦਰਸ਼ਕੋ ਅ ਕਈ ਵਾਰੀ ਮਾਨਵਤਾ ਇੰਨੀ ਕਿ ਥੱਲੇ ਚਲ ਜਾਂਦੀ ਹੈ ਕਿ ਚੰਗੇ ਭਲੇ ਸੱਭਿਆ ਸਮਾਜ ਦੇ ਵਿੱਚ ਬੈਠਾ ਇੱਕ ਸੱਭੇ ਬੰਦੇ ਨੂੰ ਵੀ ਅੱਖਾਂ ਨੀਵੀਆਂ ਕਰਕੇ ਦੇਖਣ ਨੂੰ ਮਜਬੂਰ ਕਰ ਦਿੰਦਾ ਹੈ ਦਰਸ਼ਕੋ ਪਰਮਾਤਮਾ ਉਹਨਾਂ ਦਾ ਭਲਾ ਕਰੇ ਆਪਾਂ ਕਹਿੰਨੇ ਕਿ ਇਦਾਂ ਦੀ ਘਟਨਾ ਕਿਤੇ ਵੀ ਨਾ ਵਾਪਰੇ ਅਗੇਨ ਦਰਸ਼ਕੋ ਆਪਾਂ ਕਹਿੰਨੇ ਹੁੰਨੇ ਕਿ ਆਪਾਂ ਪੰਜਾਬੀਆਂ ਨੇ ਇਹ ਕੀਤਾ ਉਹ ਕੀਤਾ ਬਹੁਤ ਚੰਗੀ ਗੱਲ ਹੈ ਔਰ ਕਰਨਾ ਵੀ ਚਾਹੀਦਾ ਹੈ ਅ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਸੀਗਾ ਕਿ ਅੱਜ ਅ ਕਰੀਬ ਪਤਾ ਨਹੀਂ ਕਿੰਨੇ ਕੁ ਹਜ਼ਾਰ ਬੰਦਾ ਜਿਹੜਾ ਜਗਰਾਉ ਉਹਦੇ ਵਿੱਚ ਸਮੇਲਨ ਚ ਇਕੱਠਾ ਹੋਊਗਾ ਇੱਕ ਸੰਸਥਾ ਆ ਉਹ ਸ਼ਾਇਦ ਜਗਰਾਉ ਦੇ ਨਾਲ ਬਿਲੋਂਗ ਕਰਦੀ ਹੈ ਉਹਨਾਂ ਨੇ ਬਹੁਤ ਹੀ ਖੁੱਲ ਕੇ ਸੇਵਾ ਕੀਤੀ ਛੋਲੇ ਪਟੂਰੀਆਂ ਦੀ ਜਿਹੜੇ ਕਿ ਦੇਖਣ ਨੂੰ ਨਹੀਂ ਮਿਲਦੀ ਕਿ ਇੰਨੇ ਵੱਡੇ ਇਕੱਠ ਨੂੰ ਪੂਰੇ ਕਿਦਾਂ ਆਏ ਸੋ ਹੈਡਸ ਆਫ ਟੂ ਥੈਮ ਉਹਨਾਂ ਨੂੰ ਦ앗 ਦੇਣੀ ਬਣਦੀ ਆ ਦਰਸ਼ਕੋ ਇੱਕ ਅਗੇਨ ਮੇਰਾ ਜਿਹੜਾ ਇੱਕ ਕੁਐਸਚਨ ਹੈ ਤੁਹਾਡੇ ਤਾਈ ਹੈ ਉਹ ਇਹ ਆ ਕਿ ਜਿਹੜਾ ਬਰਾਬਰ ਪੈਰਲਲ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਰਾਜਨੀਤਿਕ ਪਾਰਟੀਆਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀ ਇਹ ਮਜਬੂਰ ਕਰੂਗਾ ਸਰਕਾਰ ਨੂੰ ਟੇਬਲ ਤੇ ਆਉਣ ਲਈ ਗੱਲ ਕਰਨ ਲਈ ਤੁਹਾਡਾ ਕੀ ਵਿਚਾਰ ਹੈ ਕਾਲਜ ਕਰਕੇ ਜਰੂਰ ਦੱਸਣਾ ਦਰਸ਼ਕੋ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਕਿ ਇੱਕ ਵਾਲੇ ਵਾਲੇ ਸੀ ਖਦਸ਼ੇ ਸੀ ਕਿ ਤੁਸੀਂ ਜੋ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਹੁਣ ਇਲੈਕਸ਼ਨ ਆਉਣ ਨਾਲੇ ਆਪਦਾ ਆਪਦਾ ਜੋ ਹੈ ਤਾਰ ਜਮਾਉਣ ਦੀ ਕੋਸ਼ਿਸ਼ ਕਰਦੀਆਂ ਨੇ ਦੁਸ਼ਕੋ ਕੁਛ ਵੀ ਹੈ ਐਟ ਦਿਸ ਟਾਈਮ ਜਿੱਥੇ ਅੰਦੋਲਨ ਪਹੁੰਚ ਗਿਆ ਆ ਉੱਥੇ ਆਪਾਂ ਨੂੰ ਜਾਂ ਅੰਦੋਲਨਕਾਰੀਆਂ ਨੂੰ ਕਿਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ ਜੋ ਆ ਕੇ ਲਿਆ ਵੀ ਰਹੀਆਂ ਤਾਂ ਮੇਰਾ ਖਿਆਲ ਨਹੀਂ ਕਿ ਵੱਡੀ ਗੱਲ ਜਿੰਨਾ ਚਿਰ ਉਹ ਆ ਕੇ ਕਿਸੇ ਕਿਸਾਨ ਜਥੇਬੰਦੀ ਦੇ ਸਟੇਜ ਤੇ ਨਹੀਂ ਚੜਦੇ ਸੋ ਥੱਲੋ ਬਹਿ ਕੇ ਆਪਦਾ ਜੋ ਗੱਲ ਕਰਨੀ ਕਰੀ ਜਾਣ ਤੋਂ ਸਪੋਰਟ ਕਰੀ ਜਾਣ ਆਪਾਂ ਸਿਰਫ ਦੇਖਣਾ ਹੈ ਕਿ ਸਰਕਾਰ ਕਦੋਂ ਗੱਲ ਕਰਨ ਨੂੰ ਤਿਆਰ ਹੁੰਦੀ ਆ ਦਰਸ਼ਕੋ ਆਪਾਂ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਬਣੇ ਰਿਓ ਇਸੇ ਤਰ੍ਹਾਂ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਹੈ ਗੁਰਲਾਲ ਤੁਹਾਡੇ ਰੂਬਰੂ ਹੁੰਨਾ ਜੀ ਟਿਊਜ਼ਡੇ ਵੈਂਸ ਦੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਦਰਸ਼ਕੋ ਮੈਂ ਸਰਟਨ ਇੱਕ ਕਾਲਰ ਜੁੜ ਗਿਆ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਜੋ ਆਪਾਂ ਗੱਲ ਕਰ ਰਹੇ ਸੀ ਹਾਂਜੀ ਬਾਜੂਆ ਸਾਹਿਬ ਤੁਸੀਂ ਔਨ 에ਅਰ ਹੋਂ ਜੀ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈਓ ਸਾਹਿਬ ਮੇਰਾ ਕੁਐਸਚਨ ਇਹ ਆ ਕਿ ਜਿਹੜਾ ਪੈਰਲਲ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਆ ਖਾਸ ਕਰਕੇ ਪਿਛਲੇ 1-2 ਦਿਨਾਂ ਚ ਰਾਜਨੀਤਿਕ ਪਾਰਟੀਆਂ ਚਾਹੇ ਆਪ ਦਾ ਪਿਆਰ ਤਰਾ ਵਈ ਕਰ ਰਹੀਆਂ ਕਿਸੇ ਨਾ ਕਿਸੇ ਸਟੇਟ ਚ ਜਾਂ ਕਿਸੇ ਨਾ ਕਿਸੇ ਹੋਰ ਮੰਚ ਦੇ ਉੱਤੇ ਤੇ ਪਰ ਕਿਸਾਨਾਂ ਦੇ ਹੱਕ ਚ ਵੀ ਬੋਲ ਰਹੀਆਂ ਤੇ ਉਧਰੋਂ ਕਿਸਾਨਾਂ ਦੀ ਜਿਹੜੀ ਮਹਾਪੰਚਾਇਤਾਂ ਦਾ ਦੌਰ ਚੱਲ ਰਿਹਾ ਔਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਚ ਤਾਂ ਹੁਣ ਪਹਿਲੀ ਵਾਰ ਹੋਈ ਆ ਇਸ ਵਰਡ ਨੂੰ ਯੂਜ਼ ਕੀਤਾ ਗਿਆ ਹੋ ਮੀਟਿੰਗਸ ਤਾਂ ਹੋ ਸ਼ਾਇਦ ਜਲਸੇ ਤਾਂ ਉਦੋਂ ਵੱਡੇ ਵੱਡੇ ਵੀ ਹੋਏ ਹੋਣਗੇ ਤੇ ਕੀ ਇਹ ਦੋਨੋਂ ਚੀਜ਼ਾਂ ਰਾਲ ਕੇ ਸਰਕਾਰ ਨੂੰ ਕਿਤੇ ਟੇਬਲ ਤੇ ਲਿਆਉਣ ਦੇ ਵਿੱਚ ਕਾਮਯਾਬ ਹੋਣ ਗਿਆ ਕੀ ਵਿਚਾਰੇ ਤੁਹਾਡਾ ਇਸ ਬਾਰੇ ਹਾਂਜੀ ਉਹ estrane ਜੀ ਐਕਚੁਅਲੀ ਤਾਂ ਇਹ ਬਹੁਤ ਲੋਕੋ ਨੇ ਇਸ ਗੱਲ ਨੂੰ ਭੁੱਲ ਗਏ ਆ ਜੀ ਉਹ ਪੜਦੇ ਨਹੀਂ ਜਿਹੜੀ ਪੰਚਾਇਤ ਬਣੀ ਸੀ ਨਾ ਜੀ ਇੰਡੀਆ 'ਚ ਹਾਂਜੀ ਹਾਂਜੀ ਐਕਚੁਅਲੀ ਸਾਰੀ ਪਾਵਰ ਤਾਂ ਰੂਰਲ ਸੈਕਟਰ ਦੀ ਹੈ ਹੀ ਪੰਜਾਬ ਦੇ ਪੰਚਾਇਤ ਤੇ ਹੱਥ ਚ ਹੈ ਜੀ ਹੋ ਸਕਦਾ ਹੈ ਵੀ ਹੁਣ ਜਿਹੜੇ ਅੱਜ ਕੱਲ ਕਿਸਾਨ ਲੀਡਰ ਐ ਬੜੇ ਸੁਲਝੇ ਐ ਇਹ ਲੋਕਾਂ ਨੂੰ ਇਹ ਸਮਝਾਉਣ ਦੀ ਗੱਲ ਕਰ ਰਿਹਾ ਆ ਵੀ ਇਸ ਤਰੀਕੇ ਨਾਲ ਜੇ ਅਸੀਂ ਪਿੰਡੋਂ ਪਿੰਡੀ ਪੰਚਾਇਤੋਂ ਪੰਚਾਇਤ ਮੁੜ ਕੇ ਇਲਾਕੇ ਦੀਆਂ ਪੰਚਾਇਤਾਂ ਡਿਸਟ੍ਰਿਕਟ ਵਾਈਜ਼ ਦੂਜੀਆਂ ਇਕੱਠੀਆਂ ਕਰਕੇ ਜਿਹੜੇ ਜੁੜਦੇ ਐ ਇਹ ਬਹੁਤ ਚੰਗਾ ਸਟੈਪ ਐ ਜੀ ਜੀ ਹੁਣ ਦੂਜੀ ਗੱਲ ਆਉਂਦੀ ਐ ਜਿਹੜੀਆਂ ਪਾਰਟੀਆਂ ਐ ਹਾਂਜੀ ਹਾਂਜੀ ਐਕਚੁਅਲੀ ਮੇਰੇ ਓਪੀਨੀਅਨ ਚ ਤਾਂ 8-9 ਹਫ਼ਤੇ ਪੋਲਿਟਿਕਲ ਪਾਰਟੀਆਂ ਨੇ ਵਿਸ਼ਟ ਕਰਨੇ ਆ ਉਹ ਠੀਕ ਹੈ ਵੀ ਕਿਸਾਨ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੇ ਮੰਚ ਤੋਂ ਨਹੀਂ ਅਸੀਂ ਤੁਹਾਨੂੰ ਬੋਲਣ ਦੇਣਾ ਪਰ ਇਹਨਾਂ ਨੂੰ ਵੈਸੇ ਤਾਂ ਕੋਈ ਮਨਾਹੀ ਨਹੀਂ ਹੈ ਹਾਂਜੀ ਪਰ ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਨੇ ਹੁਣ ਆਪਣੇ ਸਰਵਾਈਵਲ ਵਾਸਤੇ ਪਾਰਟੀਆਂ ਦੀ ਹੋਂਦ ਨੂੰ ਬਚਾ ਕੇ ਰੱਖਣ ਦੇ ਵਾਸਤੇ ਇਹਨਾਂ ਦੀ ਇੱਕ ਹੁਣ ਕੰਪਲਸ਼ਨ ਹੋ ਗਈ ਹੈ ਤੇ ਇਹਨਾਂ ਨੇ ਹੁਣ ਆਪਣਾ ਆਪਣੇ ਲੈਵਲ ਤੇ ਕੱਟ ਕਰਨਗੇ ਹੋ ਸਕਦਾ ਹੈ ਏ ਕਾਂਗਰਸ ਆਲ ਇੰਡੀਆ ਲੈਵਲ ਤੇ ਕਰੇ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਵੀ ਆਲ ਇੰਡੀਆ ਲੈਵਲ ਤੇ ਕਿਉਂਕਿ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਫਾਰਮਰਸ ਰਿਲੇਟਡ ਪਾਰਟੀ ਆਰਐਸਡੀ ਦੂਜੀਆਂ ਜਿਹੜੀਆਂ ਆਪਣੀ ਸੋਸ਼ਲਿਸਟ ਪਾਰਟੀ ਹੈਗੀਆਂ ਹੁਣ ਤੀਜੀ ਗੱਲ ਆਉਂਦੀ ਹੈ ਵੀ ਜਿਹੜੀ ਗਵਰਨਮੈਂਟ ਗੱਲ ਕਿਉਂ ਨਹੀਂ ਕਰਦੀ ਹਾਂਜੀ 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 ਕੋਲੋਂ ਮੈਂ ਇਹ ਸਮਝਦਾ ਵੀ ਇੱਕ ਤਾਂ ਉਹ ਇਹ ਸਮਝਦੇ ਆ ਵੀ ਚਲੋ ਇਹਨਾਂ ਨੂੰ ਹੁਣ ਕਿਸਾਨਾਂ ਨੂੰ ਹੋਰ ਵੇਖੋ ਕਿਵੇਂ ਕੋਈ ਨਾ ਕੋਈ ਨਵੇਂ ਦਿਨ ਚ ਕੋਈ ਲੜਾਈ ਕੋਈ ਇਹਨਾਂ ਦਾ ਡਿਵੀਜ਼ਨ ਹੋ ਜੇ ਕੋਈ ਐ ਹੋ ਜੇ ਤਾਂ ਉਹਨਾਂ ਨੂੰ ਕੋਈ ਮੌਕਾ ਮਿਲ ਜੇ ਹਾਂਜੀ ਹਾਂਜੀ ਪਰ ਨੰਬਰ 2 ਜਿਹੜਾ ਮੈਂ ਯਾਦਾ ਮੇਰੇ ਮਨ ਨੂੰ ਲੱਗਦੀ ਆ ਹੋ ਸਕਦਾ ਵੀ ਉਹ ਹੁਣ ਜਿਹੜੀ ਕਣਕ ਸੀ ਅੱਗੇ ਫਸਲ ਆਉਣੀ ਐ ਹਾਂਜੀ ਹਾਂਜੀ ਉਦੋਂ ਤੱਕ ਜੇ ਰੋਕਣ ਤੇ ਉਹ ਫਸਲ ਨੂੰ ਬੜੇ ਸੁਚੱਜੇ ਢੰਗ ਨਾਲ ਚੁੱਕਣ ਐਮਐਸਪੀ ਉਵੇਂ ਹੀ ਦੇਣ ਭਾਵੇਂ 100 150 ਰੁਪਇਆ ਵਿਦਾ ਵੀ ਦੇਣ ਤੇ ਮੁੜ ਕੇ ਉਹ ਕਹਿਣ ਦੇਖੋ ਭਈ ਆਮਨੇ ਤੋਂ ਕਹਾਤਾ ਇਹ ਹੈ ਇਹ ਹੈ ਵੀ ਔਰ ਇਹ ਰਹੇਗੀ ਹਾਂਜੀ ਹਾਂਜੀ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਕਿਉਂਕਿ ਨਾਲੇ ਜਿਹੜੀ ਤੇ ਆਪਣੇ ਪੰਜਾਬ ਸਾਹ ਜਿਹੜੀ ਇਹ ਐਜੀਟੇਸ਼ਨ ਹੈ ਨਾ ਜੀ ਇਹਨੂੰ ਆਪਾਂ ਕੱਲਾ ਕਿਸਾਨੀ ਨਾਲ ਨਾ ਦੇਖੀ ਇਹ ਐਕਚੁਅਲੀ ਇੱਕ ਕਾਰਪੋਰੇਟ ਮਾਡਲ ਦੇ ਅਗੇਂਸਟ ਇਹ ਇੱਕ ਬਣੀ ਵੱਡਾ ਰਿਵੋਲਟ ਹੈ ਜੀ 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 ਅਗਰ ਇਹ ਇੰਡੀਆ ਦੇ ਵਿੱਚ ਸਕਸੈਸਫੁਲ ਹੋ ਜਾਂਦਾ ਜੀ ਇਹ ਜਿਹੜਾ 100 ਸਵਾ 100 ਸਾਲ ਦਾ ਮਾਡਲ ਹੈ ਇਹ ਉਹਨੂੰ ਥ੍ਰੈਟ ਹੈ ਬੇਸਿਕ ਗੱਲ ਤਾਂ ਇਹੀ ਹੈ ਜੀ ਜਿਹੜਾ ਆਪਣਾ ਫੈਡਰਲ ਸਟਰਕਚਰ ਬਣਿਆ ਹੋਇਆ ਆ ਚਾਹੇ ਉਹ ਪੰਚਾਇਤਾਂ ਦਾ ਆ ਜਾਂ ਜ਼ਿੰਮੇਦਾਰ ਟੂ ਆੜਤੀਆ ਦਾ ਆ ਪੀਐਮਸੀ ਮੰਡੀ ਦਾ ਆ ਉਹ ਖਤਰੇ ਦੇ ਵਿੱਚ ਸਾਰੇ ਕਰੀਬ ਕਰੀ ਮਹਿਸੂਸ ਕਰ ਰਹੇ ਨੇ ਔਰ ਇੱਕ ਬਹੁਤ ਚੰਗੀ ਗੱਲ ਕਹੀ ਸੀ ਪਾਰਲੀਮੈਂਟ ਚ ਕਿਸੇ ਨੇਤਾ ਨੇ ਕਿ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਨਹੀਂ ਆ ਰਹੇ ਉਹ ਕਹਿੰਦਾ ਕਿ ਸੁੱਖ ਦੀ ਗੱਲ ਇਹ ਆ ਖੁਸ਼ੀ ਦੀ ਗੱਲ ਇਹ ਆ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਆ ਗਿਆ ਤਾਂ ਉਹ ਕਰ ਰਹੇ ਨੇ ਬਿਲਕੁਲ ਸਮਝ ਆ ਗਿਆ ਵੀ ਇਹ ਕਾਰਪੋਰੇਟ ਟੇਕਓਵਰ ਹੈ ਸਾਡੀ ਤਾਂ ਹੋਂਦ ਹੀ ਖਤਮ ਹੋ ਜਾਣੀ ਹੈ ਹੋਂਦ ਖਤਮ ਹੋ ਜਾਣੀ ਹਾਂਜੀ ਹਾਂਜੀ ਭਾਵੇਂ ਇਸ ਕਰਕੇ ਗਵਰਨਮੈਂਟ ਨੂੰ ਉਹ ਗਲੋਬਲ ਲੈਵਲ ਤੇ ਦੇਖ ਕੇ ਜੀ ਉਹ ਇਸ ਪ੍ਰੈਸ਼ਰ ਦੇ ਥੱਲੇ ਝੁਕ ਨਹੀਂ ਰਹੇ ਕਿਉਂਕਿ ਇਹ ਇੱਕ ਬੜੀ ਲਹਿਰ ਖੜੀ ਕਰ ਸਕਦੀ ਹੈ ਹੋਰ ਕੰਟਰੀਆਂ ਤੇ ਹੋਰ ਟੋਟਲ ਕਾਰਪੋਰੇਟ ਕਲਾਪਸ ਹੋ ਸਕਦਾ ਇਹਨਾਂ ਕਿਉਂਕਿ ਜਿਹੜੀ ਹੈ ਕਿ ਦੁਨੀਆ ਦੀ ਪਾਵਰ ਹੈ ਨਾ ਜਿਹੜੀ ਹਿਊਮਨ ਨੰਬਰ ਦੀ ਪਾਵਰ ਹੈ ਜੀ 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 ਇਹਦੇ ਅੱਗੇ ਕੋਈ ਸਟੇਟ ਕੋਈ ਆਰਮੀ ਕੋਈ ਪੁਲਿਸ ਇਹਦੇ ਅੱਗੇ ਰੋਕ ਨਹੀਂ ਸਕਦੀ ਜੇ ਲਹਿਰ ਚੱਲ ਪਵੇ ਜੀ 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 ਤੋਂ ਮੇਰਾ ਤਾਂ ਜੀ ਇਹ ਜਿਹਾ ਥੋੜਾ ਹੈ ਪਰ ਉਮੀਦ ਮੈਨੂੰ ਇਹਦੀ ਪੂਰੀ ਹੈ ਕਿ ਇਹਨਾਂ ਨੂੰ ਇਹਦੇ ਤੇ ਝੁਕਣਾ ਪਏਗਾ ਝੁਕਣਾ ਪਏਗਾ ਹਾਂ ਬਾਜੂ ਸਾਹਿਬ ਜਿਹੜੀ ਤੁਸੀਂ ਹੁਣੀ ਗੱਲ ਕੀਤੀ ਕਿ ਕਣਕ ਦੀ ਵਾਢੀ ਪੈਣ ਵਾਲੀ ਆ ਹੋਰ ਮਹੀਨੇ ਡੇਢ ਤੱਕ ਉਹ ਸਰਕਾਰ ਵੇਟ ਕਰ ਰਹੀ ਆ ਕਿ ਉਹ 100 150 ਵਧ ਦੇ ਕੇ ਇੱਕ ਵਾਰ ਚਾਟ ਤੇ ਲਾਉਣ ਦੀ ਕੋਸ਼ਿਸ਼ ਕਰੇ ਯਸ ਇਹ ਉਹਨਾਂ ਦੀ ਮੇਰੇ ਖਿਆਲ ਪਹਿਲੇ ਦਿਨ ਤੋਂ ਹੀ ਸੀ ਪਰ ਇਹ ਵੀ ਹੋ ਸਕਦਾ ਡਿਫਰੈਂਟ ਐਂਗਲ ਇਹ ਵੀ ਹੋ ਸਕਦਾ ਕਿ ਸਾਰੇ ਜ਼ਿੰਮੇਦਾਰ ਜਿਹੜੇ ਵਾਪਸ ਚਲੇ ਜਾਣਗੇ ਕਿਉਂਕਿ ਵਾਢੀ ਦਾ ਟਾਈਮ ਆ ਗਿਆ ਪਰ ਅੱਜ ਮੈਂ ਇੱਕ ਕਿਸਾਨ ਨੇਤਾ ਦੀ ਜਿਹੜੀ ਸਪੀਚ ਸੁਣ ਰਿਹਾ ਸੀ ਜਗਰਾਉਂ ਵਾਲੀ ਰੈਲੀ ਦੇ ਵਿੱਚ ਹੀ ਉਹ ਕਹਿ ਰਿਹਾ ਸੀਗਾ ਕਿ ਪਿੰਡਾਂ 'ਚ ਕਮੇਟੀਆਂ ਬਣਾ ਲਓ ਆਪਾਂ ਟਰੈਕਟਰ ਦਿੱਲੀ ਨੂੰ ਨਹੀਂ ਲਿਆਣੇ ਹੁਣ ਉੱਥੇ ਤੇਲ ਨਹੀਂ ਫੋਕਣਾ ਜਿਹੜੇ ਇੱਥੇ ਪਿੰਡਾਂ 'ਚ ਪਿੰਡਾਂ 'ਚ ਰਹਿਣ ਜਿਹੜੇ ਉੱਥੇ ਆ ਉੱਥੇ ਰਹਿਣ ਤੇ 5-5 7-7 10-10 ਜਾਣੇ ਹਰੇਕ ਪਿੰਡ 'ਚ ਉੱਥੇ ਜਾਣ ਤੇ ਉੱਥੋਂ ਵਾਲੇ 10 ਪਿੱਛੇ ਆ ਜਾਣ ਆਪ ਦਾ ਕੰਮਕਾਰ ਕਰਦਾ ਕੋਈ ਵਢਾਈ-ਕਟਾਈ ਦਾ ਕਰਨਾ ਜਾਂ ਖੇਤ ਦਾ ਹੋਰ ਕੰਮ ਕਰਨਾ ਹੁਣ ਇਹ ਜਿਹੜੀ ਗੱਲ ਹੈ ਗਵਰਨਮੈਂਟ ਦੀ ਆਪਣੀ ਸੋਚ ਹੈ ਵੈਸੇ ਤਾਂ ਇਹ ਬੜੀ ਕੋਜੀ ਜੀ ਸੋਚ ਹੈ ਵੀ ਤੁਸੀਂ ਉਹਨਾਂ ਦਾ ਰੀਅਲ ਇਸ਼ੂ ਦੇਖੋ ਵੀ ਉਹ ਕੀ ਹੈ ਜੀ ਤੇ ਬਾਕੀ ਜੇ ਮੈਂ ਐ ਸੋਚਾਂ ਇਹਨੂੰ ਮੈਂ ਮਜਬੂਰ ਕਰਾਂ ਕਈ ਵਾਰੀ ਮਜਬੂਰੀ ਦੇ ਜਿਹੜੇ ਨਤੀਜੇ ਹੁੰਦੇ ਆ ਨਾ ਜੀ ਹਾਂਜੀ ਹਾਂਜੀ ਉਹ ਚੰਗੇ ਨਹੀਂ ਨਿਕਲਦੇ ਔਰ ਕੋਈ ਐਸੀ ਵੱਡੀ ਗੱਲ ਨਹੀਂ ਹੈ ਮੈਕਨਾਈਜ਼ ਹੋ ਗਈ ਆ ਕਮਾਈ ਨਾ ਆਈਆਂ ਅਸੀਂ ਨੇ ਦੇਖਿਆ ਵੀ ਦਿਹਾੜੀ ਦੇ ਵਿੱਚ ਜਿਹੜਾ ਜ਼ਿੰਮੇਵਾਰ ਆ ਉਹ ਵਿਲਾ ਹੋ ਜਾਂਦਾ ਔਰ ਬਾਕੀ ਇਹ ਗੱਲ ਹੈ ਬਾਕੀ ਅਗਰ ਲੋਕਾਂ ਦਾ ਪਿਆਰ ਪਾਓ ਵੱਜ ਜਾਏਗਾ ਇੱਕ ਦੂਜੇ ਦੀ ਉੱਤੇ ਜਾ ਕੇ ਕਰ ਦੇਣਗੇ ਤੇ ਕੋਈ ਐਸੀ ਗੱਲ ਨਹੀਂ ਪਰ ਇਹ ਗਵਰਨਮੈਂਟ ਦੀ ਸੋਚ ਗਲਤ ਹੈ ਇੱਥੋਂ ਤੱਕ ਦੂਰ ਨਹੀਂ ਜਾਣਾ ਚਾਹੀਦਾ ਤਾਨੂੰ ਇੱਕ ਚੀਜ਼ ਦਾ ਵਾਅਦਾ ਕਰਦੇ ਮੈਂ ਅੱਜ ਇੱਕ ਕੋਈ ਸੁਨਾਮ ਲਾਗੇ ਦੀ ਸੰਗਰੂ ਡਿਸਟ੍ਰਿਕਟ ਤੋਂ ਕੰਬਾਈਨ ਐਸੋਸੀਏਸ਼ਨ ਦਾ ਕੋਈ ਮੈਂਬਰ ਬੋਲ ਰਿਹਾ ਸੀ ਸਰਦਾਰ ਜੀ ਮੈਨੂੰ ਪੜੇ ਲਿਖੇ ਕਾਫੀ ਲੱਗਦੇ ਸੀ ਉਹ ਕਹਿੰਦੇ ਕਿ ਮੈਂ ਜ਼ਿਮੀਂਦਾਰਾਂ ਨੂੰ ਇਹ ਕਹਿਣਾ ਕਿ ਤੁਸੀਂ ਸਾਰੇ ਬੈਠੇ ਰਹੋ ਦਿੱਲੀ ਸਾਨੂੰ ਘਰ ਦੀ ਕੋਈ ਬੀਜੀ ਜਾਂ ਭੈਣ ਜੀ ਸਾਨੂੰ ਸਿਰਫ ਕਿਲਾ ਨੰਬਰ ਸਾਨੂੰ ਆ ਕੇ ਦੱਸ ਦੇਣ ਤੇ ਅਸੀਂ ਉਹਨਾਂ ਦੇ ਘਰੇ ਕਣਕ ਸਿੱਟ ਜਾਵਾਂਗੇ ਸਾਸੀਂ ਆਪ ਦੀ ਟਰਾਲੀ ਨਾਲ ਲੈ ਕੇ ਆਵਾਂਗੇ ਤੇ ਅਸੀਂ ਉਹਨਾਂ ਨੂੰ ਸਾਬ ਕਰਕੇ ਭੈਣ ਜੀ ਨੂੰ ਬਿੱਲ ਫੜਾ ਜਾਵਾਂਗੇ ਤੇ ਪੈਸੇ ਸਾਨੂੰ ਜਦੋਂ ਆਉਂਦੇ ਆਉਂਦੇ ਰਹਿਣਗੇ ਤਾਂ ਮੈਨੂੰ ਬੜਾ ਲੱਗਿਆ ਕਿ ਜਿਹੜਾ 1000 ਹਾਂਜੀ ਇਹ ਜਿਹੜਾ 100 ਚੱਲ ਰਿਹਾ ਉਸ ਤੋਂ ਸਰਕਾਰ ਕਿਤੇ ਨਾ ਕਿਤੇ ਤਾਂ ਗੋਡੇ ਟੇਕੂ ਕਿਤੇ ਨਾ ਕਿਤੇ ਗੱਲ ਕਰਨ ਤੇ ਆਊਗੀ ਜਦੋਂ ਇਦਿਹੀ ਇਦਿਹੀਆਂ ਵੱਡੀਆਂ ਸਟੇਟਮੈਂਟ ਆ ਰਹੀਆਂ ਨੇ ਨਹੀਂ ਜੀ ਜ਼ਰੂਰ ਆਉਣਗੇ আর ਦੂਜੀ ਇਹ ਵੀ ਗੱਲ ਹੈ ਕਿ ਥੋੜੀ ਜੀ ਇਹਨਾਂ ਨੂੰ ਕਸ਼ਨ ਹੈ ਪ੍ਰੈਜ਼ੀਡੈਂਟ ਗਵਰਨਮੈਂਟ ਨੂੰ ਕਿਉਂਕਿ ਜਿਹੜੀ ਸੈਂਟਰਲ ਇਲੈਕਸ਼ਨ ਹੈ ਉਹ 3 ਸਾਲ ਦੂਰ ਹੈ ਹਾਂਜੀ 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 ਵੱਡੀ ਗੱਲ ਤੇ ਉਹ ਇਸ ਕਰਕੇ ਪਰ ਕੋਈ ਗੱਲ ਨਹੀਂ ਕਿ ਜਦੋਂ ਇਹੋ ਜਿਹੇ ਚੀਜ਼ਾਂ ਚੱਲਦੀਆਂ ਉਦੋਂ ਹੀ ਤਾਂ ਫਿਰ ਹੌਸਲਾ ਰੱਖਣਾ ਪੈਂਦਾ ਬਸ ਪੀਸਫੁੱਲ ਰਹਿਣ ਪੀਸਫੁੱਲ ਰਹਿਣ ਪੀਸਫੁੱਲ 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 ਹਾਂਜੀ 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 ਹੋਰ ਜੀ ਮਿਹਰਬਾਨੀ ਜੀ ਤੁਹਾਡੀ ਬਹੁਤ ਧੰਨਵਾਦ ਬਾਜਾ ਸਾਹਿਬ ਦਰਸ਼ਕੋ ਜਿੱਦਾਂ ਬਾਈਵਾ ਸਾਹਿਬ ਨੇ ਕਿਹਾ ਕਿ ਇਹ ਸਰਕਾਰਾਂ ਦੀ ਸਟ੍ਰੈਟਜੀ ਹੁੰਦੀ ਆ ਕਿ ਉਹ ਥੋੜਾ ਚਿਰ ਦੇਖ ਲੈਂਦੀਆਂ ਆ ਕਿ ਹੁਣ ਆ ਨਹੀਂ ਤਾਂ ਆ ਹੋਊਗਾ ਤਾਂ ਜਿੱਥੋਂ ਆंदोलਨ ਟੁੱਟ ਜਾਊਗਾ ਮੈਨੂੰ ਨਹੀਂ ਲੱਗਦਾ ਇੰਨੇ ਛੇਤੀ ਕੁਝ ਹੋਊ ਖਾਸ ਕਰਕੇ ਅੱਜ ਦੀ ਜਿਹੜੀ ਮਹਾਪੰਚਾਇਤ ਹੋਈ ਆ ਮੈਨੂੰ ਨਹੀਂ ਲੱਗਦਾ ਕਿ ਐਡੀ ਛੇਤੀ ਕੁਝ ਹੋਊਗਾ ਜਿੰਨੇ ਚਿਰ ਖਾਸ ਕਰਕੇ ਜੇ ਤੁਸੀਂ ਅੱਜ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਸਪੀਚ ਸੁਣੀ ਹੋਵੇ ਤਾਂ ਉਹਨਾਂ ਨੇ ਇੱਕ ਕੋਟ ਕੀਤਾ ਕੋਈ ਪੁਰਾਣਾ ਅੰਦੋਲਨ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਇਸ ਟਾਈਮ ਉਹਨੇ ਵੀ ਲੰਮਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਸ਼ਾਂਤਮਈ ਰਹਿ ਕੇ ਆਪਦੀਆਂ ਮੰਗਾਂ ਮਨਾ ਕੇ ਘਰੇ ਮੁੜੇ ਸੀ ਐਜ਼ ਲੌਂਗ ਐਜ਼ ਲੌਂਗ ਐਜ਼ ਆਪਾਂ ਡਿਸਿਪਲਿਨ ਚ ਰਹਿਨੇ ਆਪਾਂ ਭਾਰਤ ਵਰਸ਼ ਦਾ ਜਿਹੜਾ ਸੰਵਿਧਾਨ ਆ ਉਸ ਤੋਂ ਬਾਹਰ ਨਹੀਂ ਜਾਂਦੇ ਕੋਈ ਕਾਨੂੰਨ ਨਹੀਂ ਤੋੜਦੇ ਆਪਾਂ ਇੱਥੇ ਜਿੱਤ ਜ਼ਰੂਰ ਹੋਊਗੀ ਆ ਦਰਸ਼ਕੋ ਉਮੀਦ ਕਰਦੇ ਆ ਆਪਾਂ ਉਮੀਦ ਕਰਦੇ ਆ ਕਿ ਆਪਾਂ ਜਦੋਂ ਅਗਲੇ ਹਫਤੇ ਮਿਲਾਂਗੇ ਟਿਊਜ਼ਡੇ ਨੂੰ ਉਦੋਂ ਤੱਕ ਕੋਈ ਨਾ ਕੋਈ ਹੱਲ ਨਿਕਲ ਆਵੇ ਜਿਹੜਾ ਮੈਂ ਉਮੀਦ ਕਰਦਾ ਤਾਂ ਕਿ ਆਪਾਂ 135 138 ਕਰੋੜ ਦਾ ਦੇਸ਼ ਹੈ ਜਿਹੜਾ ਉਹਦੇ ਵਿੱਚ ਬਹੁਤ ਸਮੱਸਿਆਵਾਂ ਨੇ ਮੇਰੇ ਕੋਲ ਲਿਖੀਆਂ ਵੀ ਹੁੰਦੀਆਂ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਵੀ ਕਰਨਾ ਚਾਹੁੰਦਾ ਆਪਾਂ ਇਸ ਤੋਂ ਹਟ ਕੇ ਵੀ ਪਰ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਇਹ ਇਸ ਵਰਗ ਇਸ ਕਰਕੇ ਇਸ ਦੇ ਵਿੱਚ ਗੱਲ ਕੀਤੀ ਜਾਂਦੀ ਆ ਆ ਦੱਸ ਕਿ ਛੋਟੀ ਜੀ ਗੱਲ ਦੱਸਦਾ ਕਿ ਆਪਾਂ ਇੱਕ ਮੁੰਡਾ ਰੋਹਿਤ ਅਹਿਲਾਵਤ ਹਰਿਆਣੇ ਦਾ ਰਹਿਣਾ ਆੜਾ ਕਰੰਟਲੀ ਉਹ ਲੰਡਨ ਦੇ ਕੋਲ ਕਿਤੇ ਛੋਟੇ ਸ਼ਹਿਰ ਚ ਰਹਿੰਦਾ ਮੈਨੂੰ ਆਇਆ ਸੀਗਾ ਕਿ ਯਾਰ ਮੈਨੂੰ ਸੋਸ਼ਲ ਮੀਡੀਆ ਤੇ ਕਿਸ ਦਾ ਮੈਸੇਜ ਆਇਆ ਸੀਗਾ ਕਿ ਰਕੇਸ਼ ਨੂੰ ਥਾਂ ਥਾਂ ਤੋਂ ਜਿਹੜਾ ਜਲ ਲਿਆਂਦਾ ਗਿਆ ਚਾਹੇ ਕਿਸੇ ਵੀ ਪਵਿੱਤਰ ਨਦੀ ਦਾ ਹੋਵੇ ਸਾਡੇ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸਰੋਵਰ ਦਾ ਹੋਵੇ ਕਹਿੰਦੇ ਸੀ ਕਿ ਲੰਡਨ ਤੋਂ ਜਲ ਆਇਆ ਟੈਂਸ ਨਦੀ ਹੈ ਜੀ ਲੰਡਨ ਦੇ ਕੋਲ ਟੈਂਸ ਰਿਵਰ ਉਥੋਂ ਰੋਹਿਤ ਅਹਿਲਾਵਤ ਮੁੰਡਾ ਹੈਗਾ ਜਿਹੜਾ ਕਿ ਪਿਵਾਨੀ ਡਿਸਟ੍ਰਿਕਟ ਦਾ ਰਹਿਣ ਵਾਲਾ ਪਿੱਛੋਂ ਪਰ ਉਹ ਰਹਿੰਦਾ ਇੰਗਲੈਂਡ ਆ ਉਹਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ ਤਾਂ ਉੱਥੋਂ ਦਾ ਜਲ ਲੈ ਕੇ 28 ਜਨਵਰੀ ਨੂੰ ਪਹੁੰਚਿਆ ਆਪਦੇ ਪਿੰਡ ਜ਼ਰੂਰੀ ਕੰਮ ਫਿਰ 7 ਫਰਵਰੀ ਨੂੰ ਗਾਜ਼ੀਪੁਰ ਬਾਰਡਰ ਤੇ ਪਹੁੰਚਿਆ ਉਹਨੇ ਉਹ ਉਹਦਾ ਜਲ ਸਿਕਾਇਆ ਟੈਂਸ ਜਿਹੜਾ ਰਿਵਰ ਆ ਉਹਦਾ ਜਲ ਉਹ ਬਾਈਬਲ 크ਰਿਸਚੀਅਨਟੀ ਵਿੱਚ ਕਿਉਂ ਪਵਿੱਤਰ ਮੰਨੇ ਜਾਂਦਾ ਉਹ ਮੈਂ ਤੁਹਾਨੂੰ ਫਿਰ ਕਿਸ ਦਿਨ ਸ਼ੇਅਰ ਕਰੂੰਗਾ ਕਿਉਂਕਿ ਕਾਫੀ ਲੰਬੀ ਸਟੋਰੀ ਆ ਦਰਸ਼ਕੋ ਆਪ ਦਾ ਪੂਰਾ ਖਿਆਲ ਰੱਖਿਓ ਆਪਾਂ ਅਗਲੇ ਹਫਤੇ ਫੇਰ ਮਿਲਦੇ ਆ ਕਿਸੇ ਨਵੇਂ ਮੁੱਦੇ ਦੇ ਨਾਲ ਤੇ ਆਪਣਾ ਪੂਰਾ ਖਿਆਲ ਰੱਖਿਓ ਮੈਨੂੰ ਦਿਓ ਇਜਾਜ਼ਤ ਤੁਸੀਂ ਇਸੇ ਤਰ੍ਹਾਂ ਜਸਟੀਵੀ ਨੂੰ ਪਿਆਰ ਦਿੰਦੇ ਰਹੋ ਸਾਡੇ ਸ਼ੋਅਾਂ ਨੂੰ ਪਿਆਰ ਦਿੰਦੇ ਰਹੋ ਹੁਣ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਨਮਸਕਾਰ ਅਦਾਬ ਤੇ ਸ਼ੁਭਕਾਮਨਾਵਾਂ